ਸਰਬ ਕਲਾ ਸਮਰੱਥ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸરણ ਵਿੱਚ ਸੁਭਾਏਮਾਨ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਰਾਤਰੀ ਦੇ ਦੀਵਾਨ ਚ ਸਤ ਸੰਗਤ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਗੁਰੂ ਸਾਹਿਬ ਨੇ ਜੋ ਮਹਾਨ ਵੱਡਮੁਲੀਆਂ ਦਾਤਾਂ ਸਾਨੂੰ ਬਖਸ਼ੀਆਂ ਨੇ ਉਹਨਾਂ ਵਿੱਚ ਸਭ ਤੋਂ ਉੱਤਮ ਦਾਤ ਹੈ ਗੁਰਬਾਣੀ ਦਾ ਕੀਰਤਨ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਸਤਗੁਰੂ ਜੀ ਨੇ ਕਿਹਾ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਘੀਰਾ ਕੀਰਤਨ ਇੱਕ ਨਿਰਮੋਲਕ ਰਤਨ ਹੈ ਹਰ ਦਿਨ ਰਹਿਨ ਕੀਰਤਨ ਗਾਈ ਹੈ ਬਹੁ ਨਾ ਜੋਨੀ ਪਾਈ ਹੈ ਜੁਨਾ ਜਨਮਾਂ ਤੋਂ ਮੁਕਤ ਹੋਣ ਦੇ ਲਈ ਦੁਨੀਆ ਦੇ ਲੋਕ ਬਹੁਤ ਕੁਝ ਕਰਦੇ ਕੋ ਤਪ ਕਰਦਾ ਹੈ ਕੋ ਹੱਥ ਕਰਦਾ ਹੈ ਕੋ ਤੀਰਥਾਂ ਦਾ ਰਟਨ ਕਰਦਾ ਹੈ ਕੋ ਜੰਗਲਾਂ 'ਚ ਬੈਠਦਾ ਹੈ ਪਰ ਸਤਗੁਰੂ ਜੀ ਨੇ ਕੋ ਗੱਲ ਕਹਤੀ ਹਰ ਦਿਨ ਰਹਿਨ ਕੀਰਤਨ ਗਾਈ ਹੈ ਉਸ ਪਰਮਾਤਮਾ ਦੀ ਕੀਰਤੀ ਕਰੋ ਸਿਵਤਸਲਾਹ ਕਰੋ ਬੋੜ ਨਾ ਜੋਨੀ ਪਾਈਏ ਮੜਕੇ ਤੁਸੀਂ ਜੂਨਾ ਜਨਮਾਂ ਵਿੱਚ ਪਾਉਗੇ ਨਹੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਸਾਨੂੰ ਮਹਾਨ ਉਤਮ ਦਾਤ ਦਿੱਤੀ ਹੈ ਕਿ ਸੰਗੀਤ ਨੂੰ ਤੇ ਸ਼ਬਦ ਨੂੰ ਮਿਲਾ ਕੇ ਗਾਇਨ ਕਰਨਾ ਸੰਗੀਤ ਇੱਕ ਬਹੁਤ ਵੱਡਮੁੱਲੀ ਦਾਤ ਹੈ ਮਨੁੱਖ ਨੂੰ ਪ੍ਰਾਪਤ ਹੋਈ ਹੈ ਜੋ ਪਰ ਸੰਗੀਤ ਦੀ ਜੇ ਠੀਕ ਵਰਤੋਂ ਕੀਤੀ ਜਾਏ ਮਨੁੱਖ ਦੀ ਸੁਰਤ ਉੱਚੀ ਉੱਠਦੀ ਹੈ ਵਿਕਾਰਾਂ ਤੋਂ ਮੁਕਤ ਹੁੰਦੀ ਹੈ ਪਰ ਜੇ ਸੰਗੀਤ ਦੀ ਦੁਰਵਰਤੋਂ ਹੋਏ ਮਨੁੱਖ ਮਾਰੇ ਪਾਸੇ ਵੀ ਚੱਲਿਆ ਜਾਂਦਾ ਹੈ ਇਹੀ ਕਾਰਨ ਹੈ ਇਸਲਾਮ ਜਗਤ ਇਸ ਸੰਗੀਤ ਨੂੰ ਨਫ਼ਰਤ ਕੀਤੀ ਗਈ ਰਾਗ ਨੂੰ ਮਨਾ ਕੀਤਾ ਗਿਆ ਕਿ ਰਾਗ ਨਹੀਂ ਗਾਇਆ ਜਾਏਗਾ ਰਾਗ ਜਿਹੜਾ ਲੋਕਾਂ 'ਚ ਵਿਕਾਰ ਪੈਦਾ ਕਰਦਾ ਹੈ ਬੁਰਾਈਆਂ ਪੈਦਾ ਕਰਦਾ ਹੈ ਔਰੰਗਜ਼ੇਬਲੇ ਕਹਿੰਦੇ ਰਾਗੀਆਂ ਨੇ ਇੱਕ ਜਲੂਸ ਕੱਢਿਆ ਕਿ ਔਰੰਗਜ਼ੇਬ ਜਿਹੜਾ ਰਾਗ ਦੀ ਵਿਰੋਧਤਾ ਕਰਦਾ ਹੈ ਉਦੇ ਵਿਰੁੱਧ ਉਹਨਾਂ ਜਲੂਸ ਕੱਢਿਆ ਹੱਕ ਲੈਣ ਦੇ ਲਈ ਤੇ ਅਗੋਂ ਰੰਗਜੀਵ ਨੇ ਕਹਿਤਾ ਕਿ ਇਹਨੂੰ ਦਫ਼ਨ ਕਰ ਦਿਓ ਜਿੱਥੋਂ ਨਿਕਲੇ ਆ ਭਾਵੇਂ ਇਹਨੀ ਨਫ਼ਰਤ ਕਰਦੇ ਸੰਰਾਗ ਦੇ ਨਾਲ ਇਹ ਲੋਕ ਹਾਲਾਂਕਿ ਇਸਲਾਮ ਜਗਤ ਰਹੀਂ ਕਈ ਰਾਗ ਸਾਡੇ ਮੁਲਕ ਵਿੱਚ ਆਏ ਨੇ Sufi ਲੋਕ ਜਿਹੜੇ ਨੇ ਉਹ ਰਾਗ ਦੇ ਬੜੇ ਮুরিਦ ਨੇ ਕਵਾਲੀਆਂ ਗੁੰਦੇ ਨੇ ਰਾਗ ਦੇ ਵਿੱਚ ਰੱਬ ਦੀ ਸਿਫਤ ਸਲਾ ਕਰਦੇ ਹਾਲ ਵਿੱਚ ਚਲੇ ਜਾਂਦੇ ਮਸਤ ਹੋ ਜਾਂਦੇ ਨੇ ਜਿਨੇ ਧਰਮ ਗ੍ਰੰਥ ਨੇ ਆਪਣੇ ਭਾਰਤ ਦੇ ਗ੍ਰੰਥ ਨੇ ਵੇਦ ਪ੍ਰਾਣ ਉਹਨਾਂ ਚ ਸੰਗੀਤ ਦੀ ਗੱਲ ਹੈ ਰਾਗ ਵਿਧੇ ਦੀ ਗੱਲ ਹੈ ਅਸੀਂ ਪੁਰਾਣੇ ਅਵਤਾਰਾਂ ਜਾਂ ਹੋਰ ਮਹਾਂਪੁਰਖਾਂ ਦੀਆਂ ਤਸਵੀਰਾਂ ਦੇਖਦੇ ਹਾਂ ਸ਼ਿਵ ਜੀ ਦੇ ਹੱਥ ਚ ਢਮਰੂ ਹੈ ਢਮਰੂ ਸੰਗੀਤ ਦਾ ਪ੍ਰਤੀਕ ਹੈ ਕਹਿੰਦੇ ਨੇ ਉਹ ਢਮਰੂ ਦੇ ਨਾਲ ਹੀ ਰਾਗ ਆਇਆ ਕਰਦੇ ਸਨ ਕ੍ਰਿਸ਼ਨ ਜੀ ਦੇ ਮੂੰਹ ਚ ਬੰਸਰੀ ਹੈ ਉਹ ਬੰਸਰੀ ਕਹਿੰਦੇ ਜਦੋਂ ਵਜਾਉਂਦੇ ਸਨ ਗਉਆਂ ਵੀ ਮਸਤ ਹੋ ਜਾਂਦੀਆਂ ਸਨ ਪੰਛੀ ਵੀ ਮਸਤ ਹੋ ਜਾਂਦੇ ਸਨ ਉਹ ਸੰਗੀਤ ਦੀ ਪ੍ਰਤੀਕ ਹੈ ਔਰ ਹੋਰ ਜਿੰਨੇ ਵੀ ਤੁਸੀਂ ਪੁਰਾਣੇ ਰਿਸ਼ੀਆਂ ਮੋਨੀਆਂ ਦੀਆਂ ਤਸਵੀਰਾਂ ਦੇਖੋਗੇ ਉੱਥੇ ਸੰਗੀਤ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਜੀ ਜਗਤ ਵਿੱਚ ਆਏ ਉਹਨਾਂ ਨੇ ਦੇਖਿਆ ਕਿ ਹਰ ਪਾਸੇ ਗ੍ਰੈਵਿਟੀ ਗ੍ਰਾਵਟ ਹੈ ਰਾਗ ਵਰਗੀ ਮਹਾਨ ਚੀਜ਼ ਜਿਹੜੀ ਹੈ ਇਨੂੰ ਵੀ ਲੋਕਾਂ ਨੇ ਬੁਰੀ ਨਜ਼ਰ ਨਾਲ ਵੇਖਣਾ ਸ਼ੁਰੂ ਕਰਤਾ ਬੁਰੇ ਕੰਮਾਂ 'ਚ ਵਰਤਨਾ ਸ਼ੁਰੂ ਕਰਤਾ ਸਮਾਜ ਡਿੱਗਿਆ ਹੋਇਆ ਤੇ ਗੁਰੂ ਸਾਹਿਬਾਂ ਨੇ ਰਾਗਾਂ ਵਿੱਚ ਸਾਨੂੰ ਬਾਣੀ ਬਖਸ਼ਿਸ਼ ਕੀਤੀ ਹੈ ਗੁਰੂ ਗੰਗ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਹਿਤਿਕ ਪੱਖ ਤੋਂ ਤੇ ਬਹੁਤ ਵੱਡਮੁੱਲਾ ਖਜ਼ਾਨਾ ਹੈ ਮਹਾਨ ਹੈ ਉਰਹਾਨੀਅਤ ਦੇ ਪੱਖ ਤੋਂ ਸਾਨੂੰ ਬਹੁਤ ਮਹਾਨ ਉੱਚੀ ਦਾਤ ਦਿੱਤੀ ਗੁਰਬਾਣੀ ਨੇ ਸਾਡੀ ਜ਼ਿੰਦਗੀ ਦੇ ਹਰ ਪੱਖ ਦੀ ਗੱਲ ਕੀਤੀ ਹੈ ਉੱਥੇ ਗੁਰਬਾਣੀ ਸੰਗੀਤ ਦਾ ਭੰਡਾਰ ਹੈ 31 ਰਾਗਾਂ ਵਿੱਚ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਇੱਕ ਇੱਕ ਰਾਗ ਦੀਆਂ ਅੱਗੇ ਕਈ ਕਿਸਮਾਂ ਨੇ ਗੌੜੀ ਜਿਹੜੀ ਤਕਰੀਬਨ ਦੇਖੋ ਗੌੜੀ ਚੇਤੀ ਹੈ ਗੁਆ ਰਹੀ ਹੈ ਦੀਪਕੀ ਹੈ ਗੌੜੀ ਪੂਰਬੀ ਹੈ ਕਈ ਰੰਗਾਂ ਦੀ ਗੌੜੀ ਹੈ ਹਰ ਰਾਗ ਦੀਆਂ ਕਈ ਕਿਸਮਾਂ ਸਤਗੁਰੂ ਜੀ ਨੇ ਅਚਾਰਨ ਕੀਤੀਆਂ ਨੇ ਕਿੰਨੇ ਦੂਰ ਅੰਦੇਸੀ ਸਤਗੁਰੂ ਜੀ ਨੇ ਵਰਤਿਆ ਕਿ ਰਾਗ ਵਿੱਚ ਸ਼ਬਦ ਪਾ ਕੇ ਗਾਇਨ ਕੀਤਾ ਜਾਏ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਦੇ ਨਾਲ ਜਗਤ ਨੂੰ ਜਿੱਤ ਲਿਆ ਕੀਰਤਨ ਦੇ ਨਾਲ ਸਤਗੁਰੂ ਜੀ ਨੇ ਜਿਸ ਵੇਲੇ ਮੋਦੀਖਾਨਾ ਛੱਡਿਆ ਮੇਂ ਨਜੀ ਪ੍ਰਵੇਸ਼ ਹੋ ਗਏ ਕੁਝ ਦਿਨ ਬਾਅਦ ਸਤਗੁਰੂ ਜੀ ਬਾਹਰ ਆਏ ਮਰਦਾਨੇ ਨੂੰ ਸਤਗੁਰੂ ਜੀ ਨੇ ਨਾਲ ਲਿਆ ਮਰਦਾਨਾ ਗੁਰੂ ਸਾਹਿਬ ਜੀ ਦਾ ਬਚਪਨ ਦਾ ਸਾਥੀ ਸੀ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਨੇ 19 ਰਾਗਾਂ ਚ ਬਾਣੀ ਉਚਾਰਨ ਕੀਤੀ ਹੈ ਭਾਈ ਮਰਦਾਨਾ ਜੀ ਨੇ ਇਹ ਸਾਰੇ ਰਾਗਾਂ ਚ ਬਾਣੀ ਗਾਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਸੰਗ ਸਾਥ ਰਹਿੰਦੇ ਸਨ ਭਾਈ ਮਰਦਾਨਾ ਜੀ ਔਰ ਭਾਈ ਮਰਦਾਨੇ ਦੀ ਰਬਾਬ ਤੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਬਦ ਇਹਨਾਂ ਦੋਵਾਂ ਨੇ ਦੁਨੀਆ ਤੇ ਸ਼ਾਂਤੀ ਵਰਤਾ ਦਿੱਤੀ ਜਦੋਂ ਕਿਤੇ ਸਤਗੁਰੂ ਜੀ ਕਿਤੇ ਜਾਂਦੇ ਸਨ ਗੁਰਦੇਵ ਕਹਿੰਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਹੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਇਸ ਬਾਣੀ ਦੇ ਨਾਲ ਕੀਰਤਨ ਦੇ ਨਾਲ ਕਿਤੇ-ਕਿਤੇ ਹੰਕਾਰੀ ਲੋਕਾਂ ਨੂੰ ਜਿੱਤੇ ਹੈ ਗੁਰੂ ਨਾਨਕ ਸਾਹਿਬ ਜੀ ਜਗਨਨਾਥ ਜਾਂਦੇ ਨੇ ਉੱਥੇ ਜਗਨਨਾਥ ਦੀ ਮੂਰਤੇ ਅੱਗੇ ਆਰਤੀ ਕਰਦੇ ਉੱਥੋਂ ਦੇ ਪੁਜਾਰੀ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਸੱਦਿਆ ਗਿਆ। ਸਤਿਗੁਰੂ ਜੀ ਨਹੀਂ ਗਏ। ਸਤਿਗੁਰੂ ਜੀ ਰੱਬ ਦੀ ਮੋਹ ਚ ਵਿਚਰਨ ਵਾਲੇ ਕਿਸੇ ਦੇ ਬੱਧੇ ਤੇ ਹੈ। ਨਹੀਂ ਕਰਮ ਕਾਂਡਾਂ ਦੀ ਤੇ ਵੈਸੇ ਹੀ ਹੋ। ਸਤਿਗੁਰੂ ਜੀ ਦੀ ਵਿਰੋਧਤਾ ਕਰਦੇ ਨੇ ਸਤਿਗੁਰੂ ਜੀ। ਪੁਜਾਰੀਆਂ ਨੇ ਆਪਣੇ ਉਸ ਭਗਵਾਨ ਦੀ ਆਰਤੀ ਕੀਤੀ। ਥਾਲ ਚ ਸੁਨਹਿਰੀ ਥਾਲ ਚ ਦੀਵੇ ਰੱਖ ਕੇ ਬਾੜ ਕੇ ਫੁੱਲ ਜੋ ਵੀ ਸਾਜ-ਵਾਜ ਵਜਾ ਕੇ ਗੁਰੂ ਨਾਨਕ ਸਾਹਿਬ ਜੀ ਨਹੀਂ ਗਏ ਬੜੇ ਗੁੱਸੇ ਵਿੱਚ। ਪੁਜਾਰੀ ਆਮ ਲੋਕਾਂ ਨੂੰ ਢੁਕਾ ਕੇ ਨਾਲ ਲੈ ਕੇ ਚੱਲ ਪਏ ਜਿੱਥੇ ਬਾਬਾ ਨਾਨਕ ਜੀ ਬੈਠੇ ਨੇ ਬੜੇ ਗੁੱਸੇ ਵਿੱਚ ਅੱਗੇ ਗੁਰੂ ਨਾਨਕ ਸਾਹਿਬ ਜੀ ਰੱਬ ਦੀ ਆਰਤੀ ਕਰ ਰਹੇ ਨੇ ਗगन ਮੈ ਥਾਲ ਰਵਿ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਤੂ ਮਲਿਆਨ ਲੋ ਪਵਨ ਚਵਰੋ ਕਰੇ ਸਾਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਆਰਤੀ ਸੁਣ ਕੇ ਉਹ ਪੁਜਾਰੀ ਵੀ ਕੀਲੇ ਗਏ ਉਹਨਾਂ ਦੇ ਹਿਰਦੇ ਵੀ ਨਮਰ ਹੋ ਗਏ ਗੁਰੂ ਅੱਗੇ ਚੁੱਕ ਗਏ ਇਹ ਗੁਰੂ ਨਾਨਕ ਸਾਹਿਬ ਜੀ ਦੇ ਕੀਰਤਨ ਦਾ ਕਮਾਲ ਹੈ ਕਿ ਬੰਗਾਲ ਦੇ ਜਾਦੂਗਰ ਬੜੇ ਮਸ਼ਹੂਰ ਨੇ ਬੰਗਾਲ ਦੀ ਜਾਦੂਗਰਨੀ ਨੂਰ ਸ਼ਾ ਸਤਗੁਰੂ ਜੀ ਦੇ ਕੀਰਤਨ ਦੇ ਅੱਗੇ ਮੂਰਛਤ ਹੋ ਗਈ ਇਹ ਗੁਰੂ ਨਾਨਕ ਸਾਹਿਬ ਜੀ ਦੇ ਕੀਰਤਨ ਦਾ ਕਮਾਲ ਹੈ ਕਿ ਜਿਹੜੇ ਪੱਥਰ ਦਿਲ ਸਨ ਪੱਥਰ ਦਿਲ ਅਸੀਂ ਇੱਕ ਆਮ ਗਾਥਾ ਪੜਦੇ ਕਿ ਗੁਰੂ ਨਾਨਕ ਸਾਹਿਬ ਜੀ ਜਾਣਦੇ ਨੇ ਭਾਈ ਮਰਦਾਨਾ ਜੀ ਨੂੰ ਪਿਆਸ ਲੱਗਦੀ ਹੈ ਸਤਗੁਰੂ ਜੀ ਪਾਸੋਂ ਪਾਣੀ ਮੰਗਦਾ ਹੈ ਸਤਗੁਰੂ ਜੀ ਨੂੰ ਭੇਜ ਦੇ ਕਿ ਆਓ ਪਹਾੜੀ ਤੇ ਇੱਕ ਤਪਸਵੀ ਐ ਉਹਦੇ ਕੋਲ ਪਾਣੀ ਦਾ ਭੰਡਾਰ ਐ ਉੱਥੋਂ ਜਾ ਕੇ ਪਾਣੀ ਲੈ ਲੈ ਵਲੀ ਖੰਧਾਰੀ ਜਿਹਨੂੰ ਕਹਿੰਦੇ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੰਦਾ ਸਾਨੂੰ ਸਾਡੇ ਸਤਗੁਰੂ ਜੀ ਨੇ ਕਿਉਂ ਕਿਹਾ ਤਪ ਨਹੀਂ ਕਰਨਾ ਇਹੋ ਜੇ ਬੰਨੇ ਨਹੀਂ ਪਹਿਣਾ ਇਹਦੇ ਚੋਂ ਹੰਕਾਰ ਹੀ ਪੈਦਾ ਹੁੰਦਾ ਕਿਸੇ ਤਪਸਵੀ ਨੇ ਮਾਨਵਤਾ ਲਈ ਕੀ ਕੀਤਾ ਕੋਈ ਉਦਾਹਰਣ ਦੇ ਸਕਦਾ ਹੈ ਕਿ ਮਨੁੱਖੀ ਸਮਾਜ ਦੀ ਸਿਰਜਣਾ ਜਾਂ ਇਹਦੇ ਉਧਾਰਿਤ ਕਿਸੇ ਤਪਸਵੀ ਨੇ ਕੋਈ ਯੋਗਦਾਨ ਪਾਇਆ ਹੋਵੇ ਜਿਹੜਾ ਤਪਸਵੀ ਕਿਸੇ ਪਿਆਸੇ ਨੂੰ ਪਾਣੀ ਨਹੀਂ ਪਿਆ ਸਕਦਾ ਉਹਨੇ ਸਮਾਜ ਲਈ ਕੀ ਕਰਨਾ ਹੈ ਮਨੁੱਖਤਾ ਲਈ ਕੀ ਕਰਨਾ ਹੈ ਮਰਦਾਨੀ ਨੂੰ ਮੋੜਤਾ ਇੱਕ ਵਾਰੀ ਮੋੜਤਾ ਦੋ ਵੇਰਾ ਮੋੜਤਾ ਤੀਜੀ ਵੇਰਾ ਮੋੜਤਾ ਆਖਰ ਬਾਬਾ ਨਾਨਕ ਜੀ ਨੇ ਮਰਦਾਨਾ ਜੀ ਦੀ ਪਿਆਸ बुझਾਈ ਪੱਥਰ ਚੁੱਕਿਆ ਪਾਣੀ ਨਿਕਲ ਆਇਆ ਇਤਿਹਾਸ ਕਹਿੰਦਾ ਬੜੇ ਗੁੱਸੇ ਵਿੱਚ ਉਹ ਵਲੀ ਕੰਧਾਰੀ ਆ ਗਿਆ ਗੁੱਸੇ ਵਿੱਚ ਆ ਗਿਆ ਅਸੀਂ ਆਮ ਇਹ ਗਾਥਾ ਪੜਦੇ ਕਿ ਉਹਨੇ ਪੱਥਰ ਰੇੜਿਆ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਦਿੱਤਾ ਪੰਜਾ ਲੱਗ ਗਿਆ ਦਰਸਲੇ ਗਾਥਾ ਮੈਂ ਬੜੀਆਂ ਵੱਡੀਆਂ ਪ੍ਰਤੀਕ ਨੇ ਪੱਥਰ ਤੇ ਪੰਜਾ ਲਾਉਣਾ ਸਤਗੁਰੂ ਜੀ ਨੂੰ ਕੋ ਔਖਾ ਗੱਲ ਨਹੀਂ ਤੇ ਕੋ ਵੱਡੀ ਗੱਲ ਵੀ ਨਹੀਂ ਹੈ ਪੱਥਰ ਤੇ ਪੰਜਾ ਲਾਉਣਾ ਕੋਈ ਬਹੁਤ ਵੱਡੀ ਕਰਾਮਾਤ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬੋਲਨ ਰਾਈ ਕੀਰਤਨ ਦਈ ਉਹਦੇ ਪੱਥਰ ਦਿਲ ਤੇ ਪੰਜਾ ਲਾ ਦਿੱਤਾ ਕਿਸੇ ਦੇ ਪੱਥਰ ਦਿਲ ਤੇ ਪੰਜਾ ਲਾਉਣਾ ਬਹੁਤ ਔਖਾ ਹੈ ਬਾਹਰਲੇ ਪੱਥਰ ਤੇ ਪੰਜੇ ਦੀ ਹੋਰ ਗੱਲ ਐ ਉਹ ਤੇ ਸਤਿਗੁਰੂ ਜੀ ਲਈ ਇੱਕ ਵੱਡੀ ਗੱਲ ਨਹੀਂ ਐ ਮਾਮੂਲੀ ਗੱਲ ਐ ਗੁਰੂ ਨਾਨਕ ਸਾਹਿਬ ਜੀ ਨੇ ਵਰੀ ਕੰਧਾਰੀ ਦੇ ਪੱਥਰ ਵਰਗੇ ਦਿਲ ਤੇ ਆਪਣਾ ਪੰਜਾ ਲਗਾ ਦਿੱਤਾ ਆਪਣੀ ਮੋਹਰ ਛਾਪ ਛੱਡ ਦਿੱਤੀ ਉਹ ਨਮਰ ਹੋ ਗਿਆ ਗੁਰ ਚਰਨਾਂ 'ਚ ਡਿੱਗ ਪਿਆ ਰੱਬ ਦੇ ਪਿਆਰ ਚ ਰੰਗਿਆ ਗਿਆ ਇਹ ਕੀਰਤਨ ਦਾ ਕਮਾਲ ਐ ਗੁਰੂ ਨਾਨਕ ਸਾਹਿਬ ਜੀ ਜਿੱਥੇ ਗਏ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾਂ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਗੁਰੂਕਰ ਬਾਬੀ ਭਾਈ ਮਰਦਾਨਾ ਜੀ ਸਤਗੁਰੂ ਜੀ ਦੇ ਨਾਲ ਹੈ ਇਤਿਹਾਸ ਕਹਿੰਦਾ ਹੈ ਕਿ ਇਸਲਾਮ ਵਿੱਚ ਰਾਗ ਗਾਉਣਾ ਮਨਾ ਹੈ ਬਾਬਾ ਨਾਨਕ ਜੀ ਨੇ ਬਗਦਾਦ ਕਦੀ ਖিলাਫਤ ਦਾ ਤਖਤ ਹੁੰਦਾ ਸੀ ਖিলাਫਤ ਦਾ ਤਖਤ ਜਿਵੇਂ ਅਸੀਂ ਕਿਨੇ ਅਕਾਲ ਤੱਕ ਸਾਡਾ ਤਖਤ ਹੈ ਸਾਡਾ ਸਥਾਨ ਹੈ ਮੁਸਲਮਾਨਾਂ ਦਾ ਖਲੀਫਾ ਆਗੂ ਹੁੰਦਾ ਸੀ ਉਹਦਾ ਤਖਤ ਸੀ ਇੱਥੇ ਬਗਦਾਦ ਵਿੱਚ ਇੱਥੇ ਜਾ ਕੇ ਰਾਗ ਗਾਇਨ ਕਰਨਾ ਇੱਕ ਖਤਰੇ ਨੂੰ ਮੁੱਲ ਲੈਣ ਵਾਲੀ ਗੱਲ ਸੀ ਬਾਬਾ ਨਾਨਕ ਜੀ ਨੇ ਰਾਗ ਗਾਇਨ ਕੀਤਾ ਬਾਣੀ ਗਾਇਨ ਕੀਰਤੀ ਕੀਰਤਨ ਗਾਇਨ ਕੀਤਾ ਉਸ ਇਲਾਕੇ ਦਾ ਜੋ ਪੀਰ ਸੀ ਲੋਕਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸੰਸਾਰ ਕਰਨ ਦੇ ਲਈ ਪੱਥਰ ਮਾਰ ਮਾਰ ਕੇ ਮਾਰਨ ਲਈ ਤੁਰ ਪਿਆ ਅਗੇ ਬਾਬਾ ਨਾਨਕ ਸਾਹਿਬ ਜੀ ਗੁਰਬਾਣੀ ਦੇ ਕੀਰਤਨ ਚ ਮਸਤ ਨੇ ਹੁਣ ਗੁਰੂ ਕੇ ਕੀਰਤਨ ਨੂੰ ਸੁਣ ਕੇ ਸੁਣ ਸਮਾਨ ਹੋਆ ਜਹਾਨਾ ਉਹ ਲੋਕ ਸੁਣੋਗੇ ਭਾਈ ਮਰਦਾਨੇ ਦੀ ਰਬਾਬ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਤੋਂ ਨਿਕਲਿਆ ਹੋਇਆ ਸ਼ਬਦ ਪੈਸਨ ਟੌਕਸਿੰਗ ਕਿਹਨਦੇ ਜਦੋਂ ਸਤਗੁਰੂ ਜੀ ਕੀਰਤਨ ਕਰਦੇ ਸਨ ਨਾ ਮਨੁੱਖਾਂ ਦੀ ਗੱਲ ਤਾਂ ਕਿਤੇ ਜੰਗਲਾਂ ਦੇ ਪਸ਼ੂ ਪੰਛੀ ਵੀ ਜਿਹੜੇ ਉਹ ਮਸਤ ਹੋ ਜਾਂਦੇ ਸਨ ਮੁਕਤ ਹੋ ਜਾਂਦੇ ਸਨ ਸੰਗੀਤ ਮਨੁੱਖ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਪਾਉਂਦਾ ਹੈ ਬਹੁਤ ਵੱਡਾ ਸੰਗੀਤ ਤਾਂ ਜ਼ਹਿਰੀਲੇ ਨਾਗਾਂ ਨੂੰ ਮੋਹ ਲੈਂਦਾ ਕੁਝ ਸੰਗੀਤ ਤਾਂ ਗਾਏ ਬੰਸਰੀ বীਣ ਵਜਦੀ ਹੈ ਤੇ ਸੱਪ ਜਿਹੜਾ ਕਿਹਨੇ ਕੀ ਲਿਆ ਜਾਂਦਾ ਹੈ ਘੰਡੇ ਹੀੜੇ ਦਾ ਨਾਦ ਵੱਜਦਾ ਹੈ ਹਿਰਨ ਉਹਦੇ ਤੇ ਮਸਤ ਹੋ ਜਾਂਦਾ ਹੈ ਆਮ ਦੇਖੇ ਤਜਰਬੇ ਕਰਕੇ ਕਿ ਜਿੱਥੇ ਕਿਤੇ ਕਈਆਂ ਨੇ ਮਜਾਗਾਵਾਂ ਰੱਖੀਆਂ ਨੇ ਉਹਨਾਂ ਦੇ ਕੋਲ ਕੋ ਰਾਗ ਸਾਜ ਵਜਾਇਆ ਜਾਏ ਤੇ ਉਹ ਦੁੱਧ ਜ਼ਿਆਦਾ ਦਿੰਦੀਆਂ ਨੇ ਬਨਸਪਤੀ ਤੇ ਇਹਦਾ ਅਸਰ ਪੈਂਦਾ ਹੈ ਪਸ਼ੂਵਾਂ ਤੇ ਇਹਦਾ ਅਸਰ ਪੈਂਦਾ ਹੈ ਪੰਛੀਆਂ ਤੇ ਇਹਦਾ ਅਸਰ ਪੈਂਦਾ ਹੈ ਮਨੁੱਖ ਤੇ ਕਿਉਂ ਨਾ ਪਵੇ ਸਤਗੁਰੂ ਜੀ ਨੇ ਸਾਨੂੰ ਰਾਗ ਦੇ ਨਾਲ ਦਿੱਤਾ ਹੈ ਸ਼ਬਦ ਕਿ ਸ਼ਬਦ ਤੇ ਰਾਗ ਨੂੰ ਮਿਲਾ ਕੇਗਾ ਉਹ ਬਣ ਜਾਏਗਾ ਕੀਰਤਨ ਪਰਮਾਤਮਾ ਦੀ ਕੀਰਤੀ ਸਤਿਗੁਰੂ ਜੀ ਕਹਿੰਦੇ ਕਿ ਪਰਮਾਤਮਾ ਦੇ ਪਿਆਰ ਚ ਜੁੜਨ ਦਾ ਸਭ ਤੋਂ ਵਧੀਆ ਸਾਧਨ ਜਿਹੜਾ ਹੈ ਉਹ ਹੈ ਕੀਰਤਨ ਸਾਡਾ ਮਨ ਨਹੀਂ ਨਾ ਟਿਕਦਾ ਕਿਤੇ ਕਿਉਂਕਿ ਮਨ ਚੰਚਲ ਹੈ ਮਨ ਨੂੰ ਕਾਬੂ ਕਰਨਾ ਸਭ ਤੋਂ ਔਖੀ ਗੱਲ ਹੈ ਕਿਸੇ ਤਪ ਨਾਲ ਮਨ ਕਾਬੂ ਨਹੀਂ ਹੋਣਾ ਕਿਸੇ ਹੱਥ ਨਾਲ ਮਨ ਕਾਬੂ ਨਹੀਂ ਹੋਣਾ ਕਿਤੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਏ ਤੇ ਅਸੀਂ ਇਕਾਗਰ ਚਿਤ ਸ਼ਬਦ ਵਿੱਚ ਸੁਰਤ ਜੋੜ ਲਈਏ ਮਨ ਉਸੇ ਵੇਲੇ ਟਿਕ ਜਾਏਗਾ ਸਮਨ ਨੂੰ ਟਿਕਾਉਣ ਦਾ ਸਭ ਤੋਂ ਵੱਡਾ ਸਾਧਨ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ ਗੁਰਬਾਣੀ ਦਾ ਕੀਰਤਨ ਜਿੱਥੇ ਗੁਰੂ ਸਾਹਿਬ ਜੀ ਆਪ ਗੁਰਬਾਣੀ ਦੇ ਕੀਰਤਨ ਦੇ ਰਹੀਂ ਸਾਰੀ ਦੁਨੀਆ ਤੇ ਸਤਿਗੁਰੂ ਜੀ ਨੇ ਨਾਮ ਦਾ ਝੰਡਾ ਚੁਲਾ ਦਿੱਤਾ ਸਤਿਗੁਰੂ ਜੀ ਨੇ ਕੀਰਤਨ ਦੇ ਰਹੀਂ ਜਗਤ ਵਿੱਚ ਜਿੱਤ ਪ੍ਰਾਪਤ ਕੀਤੀ ਉੱਥੇ ਇਹ ਕੀਰਤਨ ਦੀ ਮਰਜ਼ਾਦਾ ਪੱਕੀ ਕਰ ਦਿੱਤੀ ਸਤਿਗੁਰੂ ਜੀ ਨੇ ਪਾਈ ਗੁਰਦਾਸ ਜੀ ਕਹਿੰਦੇ ਜਿਸ ਵੇਲੇ ਕਰਤਾਰਪੁਰ ਧਰਮਸ਼ਾਲਾ ਬਣੀ ਸੋਦਰ ਆਰਤੀ ਗਾ ਵੀ ਅੰਮ੍ਰਿਤ ਵੇਲੇ ਜਾਪ ਉਚਾਰਾ ਉੱਥੇ ਆਰਤੀ ਹੁੰਦੀ ਹੈ ਕੀਰਤਨ ਹੁੰਦਾ ਹੈ ਗੁਰਬਾਣੀ ਦਾ ਇਹੀ ਦਾਤ ਸਤਗੁਰੂ ਜੀ ਨੇ ਅੱਗੇ ਗੁਰਸਿੱਖਾਂ ਨੂੰ ਦਿੱਤੀ ਹੈ ਗੁਰੰਗਸਾਹਿਬ ਜੀ ਮਹਾਰਾਜ ਦਾ ਇਤਿਹਾਸ ਪੜਦੇ ਆ ਉਹਨਾਂ ਦੀ ਹਜ਼ੂਰੀ ਵਿੱਚ ਪਾਈ ਸਾਧੂ ਜੀ ਤੇ ਬਾਦੂ ਜੀ ਦੋ ਬੜੇ ਪਿਆਰੇ ਰਵਾਭੀ ਸਨ ਜਿਹੜੇ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ ਸਨ ਇਸੇ ਤਰੀਕੇ ਦੇ ਨਾਲ ਤੁਸੀਂ ਸਰਬਤ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ ਲਓ ਇਤਿਹਾਸ ਚਾਏਗਾ ਕਿ ਉਹ ਬਾਬੀ ਕੀਰਤਨ ਕਰ ਰਹੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਸਰਵਣ ਕਰ ਰਹੇ ਨੇ ਗੁਰਵਰਜਨ ਸਾਹਿਬ ਜੀ ਮਾਰੇ ਦਾ ਇਤਿਹਾਸ ਪੜੀਏ ਸਤਗੁਰ ਜੀ ਆਪ ਗੁਰਬਾਣੀ ਦੇ ਬੜੇ ਵੱਡੇ ਕੀਰਤਨੀਏ ਸੰਗੀਤਕਾਰ ਸਨ ਤੇ ਸਤਗੁਰ ਜੀ ਕੀਰਤਨੀਆਂ ਦੀ ਕਦਰ ਬੜੀ ਕਰਦੇ ਸਨ ਜਦ ਅਸੀਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਪਾਠ ਕਰਦੇ ਆ ਇਹ ਗੁਰੂ ਕੀ ਕਿੰਨੇ ਪਿਆਰੇ ਬਚਨ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੋ ਤੰਦ ਸਵਾ ਗੁਰਬਾਣੀ ਨੇ ਕੀਰਤਨੀਏ ਪੈਦਾ ਕੀਤੀ ਰਾਗੀ ਨਹੀਂ ਪੈਦਾ ਕੀਤੇ ਮੈਨੂੰ ਗੱਲ ਯਾਦ ਹੈ ਪੋਂਡਾ ਸਾਹਿਬ ਅਸੀਂ ਇੱਕ ਵਿਦਿਆਲਾ ਚਲਾਉਂਦੇ ਸੀ ਟੈਕਸਲਾ ਟੀਵੀ ਵਾਲਿਆਂ ਦੀ ਮਦਦ ਦੇ ਨਾਲ ਤੇ ਕਦੀ ਕਦੀ ਉਹਨਾਂ ਪਾਸੋਂ ਅਸੀਂ ਮਦਦ ਲੈਣ ਲਈ ਇੱਥੇ ਸਾਨੇ ਵਾਲੋਂ ਉਹਨਾਂ ਦੀ ਫੈਕਟਰੀ ਹੁੰਦੀ ਸੀ ਇੱਥੇ ਆਉਣਾ ਸਦਾ ਜਗਿੰਦਰ ਸਿੰਘ ਜੀ ਬਹੁਤ ਧਰਮੀ ਫੁਰਖ ਸਨ ਨੇਕ ਬੰਦੇ ਸਨ ਉਹਨਾਂ ਨੂੰ ਮਿਲਣਾ ਉਹਨੇ ਇੱਕ ਗੱਲ ਕਹਿਣੀ ਕਹਿਣਗੇ ਭਾਈ ਸਾਹਿਬ ਜੀ ਕੀਰਤਨੀਏ ਪੈਦਾ ਕਰੋ ਰਾਗੀ ਸਿੰਘ ਨਹੀਂ ਕੀਰਤਨੀਏ ਤੇ ਰਾਗੀ 'ਚ ਬੜਾ ਫਰਕ ਹੁੰਦਾ ਹੈ ਗੁਰੂ ਦੇ ਘਰ ਚ ਕੀਰਤਨੀਆਂ ਨੂੰ ਮਾਣ ਹੈ ਭਲੋ ਭਲੋਰੇ ਕੀਰਤਨੀਆਂ RAM ਨਵ ਰਮਾ ਗੁਣ ਗਾਓ ਛੋੜ ਮਾਇਆ ਕੋ ਤੰਦ ਪਸਾਓ ਕੋਈ ਆਪਣੇ ਆਪ ਨੂੰ ਰਾਗੀ ਸਮਝੇ ਤੇ ਸਤਗੁਰੂ ਜੀ ਨੇ ਗਲ ਕੋਈ ਗਾਵੇ ਰਾਗੀ ਨਾਦੀ ਭੇਦੀ ਬਹੁ ਭਾਂਤ ਕਰਨੀ ਹਰ ਹਰ ਪੀਜੈ RAM ਰਾਜੇ ਜਿਨ੍ਹਾਂ ਅੰਤਰਖਬਟ ਵਿਕਾਰ ਹੈ ਤਿੰਨ ਰੋਏ ਕਿਆ ਕੀਜੇ ਕੋਈ ਜਨਮਰ ਜੀ ਰਾਗੀ ਸਮਝੇ ਆਪ ਨੂੰ ਕਿਵੇਂ ਰਾਗ ਗੋਨਾ ਹਾਂ ਜੇ ਕਰਦਾ ਹਾਂ ਪਰ ਜੇ ਅੰਦਰ ਸ਼ਬਦ ਵਿੱਚ ਭਿੱਜਿਆ ਨਹੀਂ ਹੈ ਤੇ ਸਤਗੁਰੂ ਜੀ ਕਹਿੰਦੇ ਤਾਂ ਕੀ ਹੋ ਜਾਏਗਾ ਮੁੱਖ ਤੋਂ ਗਉਣ ਨਾਲ ਕੁਝ ਨਹੀਂ ਹੋਣਾ ਜੇ ਅੰਦਰ ਨਹੀਂ ਭਿੱਜਿਆ ਹੋਇਆ ਸਤਗੁਰੂ ਜੀ ਨੇ ਉਸ ਕੀਰਤਨੀਆਂ ਦੀ ਵਡਿਆਈ ਕੀਤੀ ਜਿਹੜਾ ਮਨ ਕਰਕੇ ਵਾਹਿਗੁਰੂ ਜੀ ਦੇ ਪਿਆਰ ਜੁੜ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਬੜੇ ਕਿਰਤਿ ਪਿਆਰੇ ਕੀਰਤਨੀ ਕੀਰਤਨੀਆਂ ਦਾ ਬਹੁਤ ਸਤਿਕਾਰ ਕਰਦੇ ਸਨ ਕੀਰਤਿਆਂ ਦੀ ਉਸਤੇ ਚ ਉਹਨਾਂ ਨੇ ਬੜੀ ਬਾਣੀ ਉਚਾਰਨ ਕੀਤੀ ਹੈ ਔਰ ਇਹ ਪਰੰਪਰਾ ਜਿਹੜੀ ਕੀਰਤਨ ਦੀ ਸਾਨੂੰ ਦਿੱਤੀ ਹੈ ਨਾ ਸਤਗੁਰੂ ਜੀ ਨੇ ਇਹ ਬੜੀ ਵੱਡਮੁੱਲੀ ਦਾਤ ਹੈ ਸਾਡੇ ਕੋਲ ਇਹ ਗੱਲ ਚੇਤੇ ਰੱਖਣਾ ਇਸ ਕੀਰਤਨ ਦੇ ਨਾਲੋਂ ਤੋੜਨ ਦੇ ਲਈ ਸਮੇਂ-ਸਮੇਂ ਤੇ ਬੜੀਆਂ ਸਾਜ਼ਿਸ਼ਾਂ ਹੋਈਆਂ ਬੜੀਆਂ ਸਾਜ਼ਿਸ਼ਾਂ ਹੋਈਆਂ ਸੰਗਤ ਨੂੰ ਜੋੜਨ ਦਾ ਜਾਂ ਮਨਾਂ ਨੂੰ ਜੋੜਨ ਦਾ ਸਭ ਤੋਂ ਇੱਕ ਮਹਾਨ ਸਾਧਨ ਹੈ ਗੁਰਬਾਣੀ ਦਾ ਕੀਰਤਨ ਗੁਰੂ ਅਰਜਨ ਸਾਹਿਬ ਜੀ ਵੇਲੇ ਬੜੀ ਵੱਡੀ ਸਾਜ਼ਿਸ਼ ਹੋਈ ਭਾਈ ਸੱਤਾ ਜੀ ਤੇ ਬਲਵੰਡ ਜੀ ਸਤਗੁਰੂ ਜੀ ਦੇ ਨਾਲ ਨਾਰਾਜ਼ ਹੋ ਕੇ ਇਹ ਗਾਥਾ ਸੀ ਆਮ ਪੜਦੇ ਆ ਲੇਕਰ ਉਹਨਾਂ ਦੀ ਨਾਰਾਜ਼ਗੀ ਦੇ ਮਗਰ ਬਹੁਤ ਵੱਡੀ ਸਾਜ਼ਿਸ਼ ਵੀ ਸੀ ਉਹਨਾਂ ਦਾ ਨਾਰਾਜ਼ ਹੋਣਾ ਇਕੱਲੇ ਉਹ ਨਹੀਂ ਸਨ ਇਹ ਠੀਕ ਹੈ ਉਹਨਾਂ ਨੇ ਕੁਝ ਮਾਇਆ ਦੀ ਮੰਗ ਕੀਤੀ ਸਤਗੁਰੂ ਜੀ ਨੇ ਕਿਹਾ ਇੱਕ ਦਿਨ ਦੀ ਜਿੰਨੀ ਮਾਇਆ ਹੈਗੀ ਤੁਸੀਂ ਲੈ ਜਾਣਾ ਪਰ ਕੁਦਰਤੀ ਉਹਨਾਂ ਦਿਨਾਂ 'ਚ ਪਿਰਥੀ ਚੰਜੀ ਨੇ ਨਾਕਾਬੰਦੀ ਕੀਤੀ ਹੋਈ ਸੀ ਸੰਗਤ ਘਟ ਆਏ ਪੈਸੇ ਬਹੁਤੇ ਹੋਏ ਨਾ ਉਹ ਨਾਰਾਜ਼ ਹੋ ਕੇ ਘਰੇ ਬੈਠ ਗਏ ਇਕੱਲੇ ਘਰੇ ਬੈਠਣ ਦਾ ਨਹੀਂ ਉਹਨਾਂ ਨੂੰ ਇੱਕ ਸਹਿ ਸੀ ਕਿ ਤੁਸੀਂ ਕੀਰਤਨ ਨਹੀਂ ਕਰੋਗੇ ਇੱਥੇ ਸੰਗਤ ਨਹੀਂ ਆਏਗੀ ਇਹਨਾਂ ਨੂੰ ਗੁਰੂ ਹੀ ਕੋਈ ਨਹੀਂ ਮੰਨੇਗਾ ਘਰੇ ਬੈਠ ਗਏ ਰੁੱਸ ਗਏ ਸਤਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਕਿ ਜਾਓ ਕੀਰਤਨੀਆਂ ਨੂੰ ਬੁਲਾ ਕੇ ਲਿਆਓ ਸੰਗਤ ਬੈਠੀ ਕੀਰਤਨ ਸੁਣਨ ਦੇ ਲਈ ਸੰਗਤ ਚਾਹ ਦੇ ਨਾਲ ਕੀਰਤਨ ਸੁਣ ਲਈ ਆਉਂਦੀ ਹੈ ਜਿਹੜੇ ਚਾਹ ਨਾਲ ਕੀਰਤਨ ਸੁਣ ਲਈ ਆਉਂਦੇ ਨੇ ਉਹਨਾਂ ਦਾ ਇੱਕ ਕਦਮ ਸਫਲ ਹੋ ਜਾਂਦਾ ਤੇ ਜਿਹੜੇ ਕਹਿੰਦੇ ਚਲੋ ਘੜੇ ਟਾਈਮ ਹੀ ਪਾਸ ਕਰ ਲਈਏ ਪਿੱਛੇ ਬੈਠ ਕੇ ਗੱਲਾਂ ਹੀ ਕਰ ਲਵਾਂਗੇ ਉਹ ਕੀ ਲੈਣ ਲਈ ਆਏ ਨੇ ਉਹਨਾਂ ਦਾ ਅਰਥ ਕੀ ਆਉਣ ਦਾ ਇਸ ਕਰਕੇ ਜਦੋਂ ਸਤਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਤੇ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਅਸੀਂ ਨਹੀਂ ਜਾਣਾ ਸਾਡੇ ਤੋਂ ਪਹਿਲਾਂ ਬਿਨਾਂ ਦੇਖ ਲਾਂਗੇ ਕੌਣ ਉਹਨਾਂ ਨੂੰ ਗੁਰੂ ਕਹੇਗਾ ਕੌਣ ਉਹਨਾਂ ਨੂੰ ਮੰਨੇਗਾ ਆਉਣ ਤੋਂ ਇਨਕਾਰ ਕਰ ਦਿੱਤਾ ਇਤਿਹਾਸ ਕਹਿੰਦਾ ਆਖਰ ਸਤਗੁਰੂ ਜੀ ਆਪ ਗਏ ਇਹ ਵੀ ਲਿਖਿਆ ਕਿ ਨੰਗੇ ਪੈਰੀਂ ਗਏ ਲੇਕਿਨ ਉਹ ਹੰਕਾਰ ਚ ਬੈਠੇ ਰਹੇ ਇਹ ਉਹਨਾਂ ਨੂੰ ਨਹੀਂ ਸਤਗੁਰੂ ਜੀ ਨੇ ਉਹਨਾਂ ਦੇ ਕੀਰਤਨ ਕਰਕੇ ਗਏ ਸਨ ਕਿ ਤੁਸੀਂ ਗੁਰਬਾਣੀ ਦਾ ਕੀਰਤਨ ਕਰਦੇ ਭਾਈ ਸੱਤਾ ਉਹ ਬਲਵੰਡਾ ਆਓ ਸੰਗਤਾਂ ਤੁਹਾਨੂੰ ਉਡੀਕ ਰੀਆਂ ਨੇ ਗੁਰਬਾਣੀ ਦਾ ਕੀਰਤਨ ਕਰੋ ਲੈਕਨ ਉਹਨਾਂ ਨੂੰ ਆਉਣ ਤੋਂ ਇਨਕਾਰ ਕਰਦਾ ਹੰਕਾਰੀ ਹੋ ਕੇ ਬੈਠੇ ਰਹੇ ਗੱਲ ਵੱਖਰੀ ਹੈ ਲੇਕਨ ਸਤਗੁਰੂ ਜੀ ਨੇ ਉਹਨਾਂ ਦਾ ਸਤਕਾਰ ਕਿੰਨਾ ਕੀਤਾ ਔਰ ਫਿਰ ਗੁਰੂ ਸਾਹਿਬ ਜੀ ਨੇ ਹੋਰ ਕਿਰਪਾ ਕਰਤੀ ਗੁਰਸਿੱਖਾਂ ਨੂੰ ਕੀਰਤਨ ਦੀ ਦਾਤ ਦਿੱਤੀ ਆਪ ਕੀਰਤਨ ਕਰੋ ਤੁਸੀਂ ਸਤਗੁਰੂ ਜੀ ਆਪ ਕੀਰਤਨ ਕਰਨ ਲੱਗ ਪਏ ਸਰਨ ਦਾ ਲੈ ਕੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਸਰੰਦੇ ਦੀ ਢਾਡ ਕੱਢੀ ਕਹਿੰਦੇ ਆਪ ਕੀਰਤਨ ਕਰਨ ਲੱਗ ਪਏ ਸਤਗੁਰੂ ਸੱਚੇ ਪਾਤਸ਼ਾਹ ਜੀ ਇਹ ਦਾਤ ਸਤਗੁਰੂ ਜੀ ਨੇ ਸਿੱਧੀ ਵੀ ਤੌਰ ਤੇ ਸਿਖੰਦੇ ਹਰ ਸਿੱਖ ਗੁਰਬਾਣੀ ਦਾ ਕੀਰਤਨ ਕਰੇ ਹਰ ਸਿੱਖ ਗੁਰਬਾਣੀ ਦੇ ਪਿਆਰ ਵਿੱਚ ਜੁੜੇ ਫਿਰ ਕਿੰਨੀ ਵੱਡੀ ਇਹ ਵਿਡਿਆਈ ਹੈ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿੱਡਾ ਵੱਡਾ ਮਾਣ ਦਿੱਤਾ ਉਹਨਾਂ ਦਾ ਨਾਮ ਗੁਰਬਾਣੀ 'ਚ ਅੰਕਿਤ ਕਰਤਾ ਸ਼ਲੋਕ ਮਰਦਾਨਾ ਪਹਿਲਾ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਨੇ ਸਤਗੁਰੂ ਜੀ ਨੇ ਨਾਮ ਮਰਦਾਨਾ ਜੀ ਦਾ ਲਿਖ ਦਿੱਤਾ ਨਾਮ ਅਮਰ ਕਰ ਦਿੱਤਾ ਗੁਰਬਾਣੀ ਦੇ ਵਿੱਚ वैसे भी मर्दानियों ਨੂੰ ਪਿਆਰ ਕਰਦੇ ਸਤਗੁਰੂ ਜੀ ਕਿੰਨੇ ਮਰਦਾਨੇ ਆ ਸਾਨੂੰ ਤੇਰੇ ਨਾਲ ਖਾਮ ਹੈ ਤੂੰ ਗੁਰੂ ਕਾ ਤੂੰ ਰੱਬ ਦਾ ਕੀਰਤਨੀਆ ਹੈ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸੱਤਾ ਬਲਵੰਡ ਭਾਵੇਂ ਆਏ ਨਹੀਂ ਪਰ ਗੁਰੂ ਸਾਹਿਬ ਜੀ ਨੇ ਦੇਖੋ ਜਦੋਂ ਉਹਨਾਂ ਨੇ ਆਪਣੀ ਭੁੱਲ ਮੰਨ ਲਈ ਮੁਆਫੀ ਮੰਗ ਲਈ ਗੁਰੂ ਕੀ ਹਜ਼ੂਰੀ ਚ ਆ ਗਏ ਤੇ ਸਤਗੁਰ ਜੀ ਨੇ ਉਹਨਾਂ ਨੂੰ ਅਮਰ ਕਰਤਾ ਉਹਨਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕਰਤੀ ਜਦੋਂ ਅਸੀਂ ਬਾਣੀ ਪੜਦੇ ਨਾ RAM ਕਲੀ ਵਾਰ ਰਾਗ ਦੀ ਵਾਰ ਹੈ ਰਾਏ ਬਲਵਾਨ ਤਥਾ ਸਤੇ ਡੂਮ ਆਖੀ ਉਹ ਸਤਗੁਰ ਜੀ ਨੇ ਉਹਨਾਂ ਦੀ ਬਾਣੀ ਅੰਕਿਤ ਕਰਤੀ ਰਚਨਾ ਅੰਕਿਤ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਕੀਰਤਨੀ ਔਣ ਕਰਕੇ ਉਹਨਾਂ ਨੂੰ ਸਤਕਾਰ ਦਿੱਤਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਥੇ ਆਪ ਮਹਾਨ ਕੀਰਤਨੀਏ ਸੰਸੰਗੀਤਕਾਰ ਸੰ ਕੋਮਲ ਕਲਾ ਵਿੱਚ ਪਰਬੀਨ ਸਨ ਕਿਉਂਕਿ ਸੰਗੀਤ ਰਾਗ ਇੱਕ ਕੋਮਲ ਕਲਾ ਹੈ ਕਵਤਾ ਵੀ ਇੱਕ ਕੋਮਲ ਕਲਾ ਹੈ ਚਿੱਤਰਕਾਰੀ ਵੀ ਇੱਕ ਕੋਮਲ ਕਲਾ ਹੈ ਕੋਮਲ ਕਲਾ ਦਾ ਅਰਥ ਹੁੰਦਾ ਹੈ ਕਿ ਆਪਣੇ ਮਨੋਂ ਭਾਵਾਂ ਨੂੰ ਜਿੰਨਾ ਚੀਜ਼ਾਂ ਦੇ ਰਹੀ ਅਸੀਂ ਪ੍ਰਗਟ ਕਰ ਸਕੀਏ ਸਾਡੇ ਮਨ ਅੰਦਰ ਜੋ ਕੁਝ ਹੁੰਦਾ ਹੈ ਉਹ ਅਸੀਂ ਚਿੱਤਰ ਕੇ ਜਿਹੜਾ ਹੈ ਨਾ ਰੇਖਾ ਦੇ ਰਹੀ ਪ੍ਰਗਟ ਕਰ ਦਿੰਨੇ ਆਵੇਂ ਰਾਗ ਤੇ ਸੰਗੀਤ ਆਪਣੇ ਅੰਦਰ ਲੀਆਂ ਭਾਵਨਾ ਨੂੰ ਪ੍ਰਗਟ ਕਰਨ ਲਈ ਇੱਕ ਕੋਮਲ ਕਲਾ ਹੈ ਇਤਿਹਾਸ ਕਹਿੰਦਾ ਹੈ ਕਿਸੇ ਸੰਗੀਤਕਾਰ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਸੰਗੀਤ ਦੀ ਬੜੀ ਕਦਰ ਕਰਦੇ ਨੇ ਕਹਿੰਦੇ ਨੇ ਉਹ ਵੀ ਆ ਗਿਆ ਗੁਰੂ ਸਾਹਿਬ ਜੀ ਦੇ ਕੋਲ ਬੜਾ ਤਕੜਾ ਕੋਈ ਸੰਗੀਤਕਾਰ ਸੀ ਉਹਨੇ ਸਤਿਗੁਰੂ ਜੀ ਦੇ ਕੋਲ ਆ ਕੇ ਟਾਈਮ ਮੰਗਿਆ ਕਿ ਮੈਂ ਵੀ ਸੰਗੀਤਕਾਰ ਹਾਂ ਮੈਨੂੰ ਵੀ ਆਪਣਾ ਜੋ ਹੁਨਰ ਹੈ ਉਹ ਪ੍ਰਗਟ ਕਰਨ ਦਾ ਮੌਕਾ ਦਿੱਤਾ ਜਾਏ ਸਤਿਗੁਰੂ ਜੀ ਨੇ ਟਾਈਮ ਦੇ ਦਿੱਤਾ ਉਹਨੇ ਕੁਝ ਆਪਣਾ ਰਾਗ ਸਾਜ ਵਜਾਏ ਗੁਰੂ ਸਾਹਿਬ ਜੀ ਨੇ ਇਤਿਹਾਸ ਕਹਿੰਦਾ ਉਸ ਵੇਲੇ ਨੂੰ ਥੋੜਾ ਜਿਹਾ ਇਨਾਮ ਦਿੱਤਾ ਤੇ ਸੰਗੀਤਕਾਰ ਨੇ ਇੱਕ ਗਿਲਾ ਕੀਤਾ ਕਿ ਸੁਣਿਆ ਸੀ ਗੁਰੂ ਸਾਹਿਬ ਜੀ ਬਹੁਤ ਕਦਰਦਾਨ ਨੇ ਪਰ ਮੈਨੂੰ ਤੇ ਕੋ ਬਹੁਤ ਵੱਡਾ ਮਾਲ ਨਹੀਂ ਉਹਨਾਂ ਨੇ ਦਿੱਤਾ ਇਹ ਦੁ ਵੱਡਾ ਤੇ ਰਾਜੇ ਮਹਾਰਾਜੇ ਕਦਰ ਕਰ ਦਿੰਦੇ ਨੇ ਉਹ ਸਿੱਖ ਜਿਹਦੇ ਕੋਲ ਉਹਨੇ ਗਿਲਾ ਕੀਤਾ ਉਹਨੇ ਕਿ ਨਹੀਂ ਇਹ ਗੱਲ ਨਹੀਂ ਹੈ ਗੁਰੂ ਸਾਹਿਬ ਜੀ ਬੜੇ ਕੀਰਤਨ ਕਦਰਦਾਨ ਨੇ ਸੰਗੀਤ ਦੇ ਤੂੰ ਕੱਲ ਨੂੰ ਫੇਰ ਜਾਈ ਅਗਲੇ ਦਿਨ ਫੇਰ ਗਿਆ ਸਤਗੁਰੂ ਜੀ ਨੇ ਉਹੀ ਵਿਹਾਰ ਪਹਿਲੇ ਵਾਲੇ ਕੀਤਾ ਸੰਗੀਤਕਾਰ ਨੇ ਫਿਰ ਨਰਾਜ਼ਗੀ ਜੀ ਪ੍ਰਗਟ ਕੀਤੀ ਤੇ ਇੱਕ ਸਿੱਖ ਨੇ ਉਹਨੂੰ ਕਿਹਾ ਤੈਨੂੰ ਮੈਂ ਸਮਝਾਉਂਦਾ ਕਿ ਗੁਰੂ ਸਾਹਿਬ ਜੀ ਕਿਨੂੰ ਪਿਆਰ ਕਰਦੇ ਨੇ ਉਹਨੇ ਇੱਕ ਚਾਰ ਪਦਿਆਂ ਵਾਲਾ ਸ਼ਬਦ ਉਹਨੂੰ ਕੰਠ ਕਰਾ ਦਿੱਤਾ ਚਾਰ ਪਦਿਆਂ ਵਾਲਾ ਸ਼ਬਦ ਯਾਦ ਕਰਾ ਦਿੱਤਾ ਕਹਿੰਨ ਕਿ ਤੂੰ ਆਪਣੇ ਸੰਗੀਤ ਚ ਪਾ ਕੇ ਇਹਨੂੰ ਗਾਇਨ ਕਰ ਉੱਥੇ ਜਾ ਕੇ ਗੁਰੂ ਸਾਹਿਬ ਜੀ ਕੋਲ ਜਾ ਇਹ ਸ਼ਬਦ ਨੂੰ ਗਾਇਨ ਕਰ ਤੂੰ ਇਹਦੇ ਨਾਲ ਇਤਿਹਾਸ ਕਹਿੰਦੇ ਉਹਨੇ ਟਾਈਮ ਲਿਆ ਸਤਗੁਰੂ ਜੀ ਕੋਲ ਜਾ ਕੇ ਜਿਸ ਵੇਲੇ ਉਹਨੇ ਰਾਗ ਚ ਪਾ ਕੇ ਸ਼ਬਦ ਗਾਇਨ ਕੀਤਾ ਨਾ ਅਜੇ ਪਹਿਲਾ ਬਾੰਦੀ ਉਹਨੇ ਗਾਇਨ ਕੀਤਾ ਇਹਨੇ ਵਜਦ ਵਿੱਚ ਇਹਨੇ ਪਿਆਰ ਚ ਇਹਨੇ ਸਰੂਰ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਆਨੰਦ ਚ ਲੇਵਲੀਨ ਹੋ ਗਏ ਗੁਰਬਾਣੀ ਰ ਕੀਰਤਨ ਸਰਵਣ ਕਰ ਗਏ ਕੋਈ ਸ਼ਾਹੂਕਾਰ ਸਤਗੁਰੂ ਜੀ ਦੇ ਕੋਲ ਆਇਆ ਸੀ ਉਹਨੇ ਤਿੰਨ ਥੈਲੀਆਂ ਧਨ ਦੀਆਂ ਦਿੱਤੀਆਂ ਸਤਗੁਰੂ ਜੀ ਅੱਗੇ ਅਰਪਣ ਕੀਤੀਆਂ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਧਨ ਦੀ ਥੈਲੀ ਚੁੱਕ ਕੇ ਉਹਨੂੰ ਦਿੱਤੀ ਤੂੰ ਇੰਨਾ ਪਿਆਰਾ ਕੀਰਤਨ ਕਰਦਾ ਹੈ ਕਹਿੰਦੇ ਨੇ ਉਹਨੇ ਹੋਰ ਵਜਦ ਚਾ ਕੇ ਅਗਲਾ ਪਦ ਵੀ ਗਾਇਨ ਕੀਤਾ ਸਤਗੁਰੂ ਜੀ ਨੇ ਦੂਸਰੀ ਧੰਦੀ ਥੈਲੀ ਦੇ ਦਿੱਤੀ ਹੈ ਉਹਨੇ ਤੀਸਰਾ ਪਦ ਹੋਰ ਪਿਆਰ ਚ ਭਿੱਜ ਕੇ ਕਿ ਗੁਰੂ ਸਾਹਿਬ ਜੀ ਬਹੁਤ ਪਿਆਰ ਕਰ ਰਹੇ ਨੇ ਮੈਨੂੰ ਕਦਰ ਕਰ ਰਹੇ ਨੇ ਫਿਰ ਉਹਨੇ ਤੀਸਰਾ ਪਦ ਗਾਇਨ ਕੀਤਾ ਗੁਰੂ ਸਾਹਿਬ ਜੀ ਨੇ ਤੀਸਰੀ ਥੈਲੀ ਵੀ ਦੇ ਦਿੱਤੀ ਸਾਖੀਕਰ ਲਿਖਦਾ ਕਿ ਚੌਥੇ ਪੱਜ ਜਾ ਕੇ ਉਹ ਜਿਹੜਾ ਸੰਗੀਤਕਾਰ ਸੀ ਬਹੁਤ ਮਸਤ ਹੋ ਗਿਆ ਉਹਦੀ ਸੁਰਤ ਬਹੁਤ ਜੁੜ ਗਈ ਜਦੋਂ ਕਿਸੇ ਬਖਤੇ ਦੀ ਤੁਸੀਂ ਕਦਰ ਕਰਦੇ ਹੋ ਜਾਂ ਉਹਨਾਂ ਧਿਆਨ ਨਾਲ ਸੁਣਦੇ ਹੋ ਨਾ ਕੁਦਰਤੀ ਉਹ ਜੁੜ ਜਾਂਦਾ ਹੈ ਲੀਨ ਹੋ ਜਾਂਦਾ ਹੈ ਜਿਸ ਵੇਲੇ ਉਹਨੇ ਚੌਥਾ ਪਦ ਗਾਇਨ ਕੀਤਾ ਗੁਰੂ ਅਰਜਨ ਦੇਵ ਜੀ ਮਸਤ ਹੋ ਗਏ ਸਮਾਧੀ ਜੁੜ ਗਈ ਉਹਨਾਂ ਦੀ ਲੀਨ ਹੋ ਗਏ ਬੈਠੇ ਰਹੇ ਕਿੰਨਾ ਮਸਤ ਹੋ ਕੇ ਬੈਠੇ ਰਹੇ ਜਦ ਸਮਾਧੀ ਖੁੱਲੀ ਕਹਿਣ ਲੱਗੇ ਤੈਨੂੰ ਮੈਂ ਕੀ ਦੇ ਸਕਦਾ ਮੈਂ ਤੇ ਤੇਰੇ ਤੋਂ ਕੁਰਬਾਨ ਜਾਂਦਾ ਤੇਰੇ ਤੋਂ ਬੁਲਹਾਰ ਜਾਂਦਾ ਧੰਨ ਤੇਰੀ ਕੋਈ ਕੀਮਤ ਨਹੀਂ ਹੈ ਇੰਨਾ ਵੱਡਾ ਮਾਣ ਸਤਗੁਰੂ ਜੀ ਉਸ ਵਿਅਕਤੀ ਨੂੰ ਦਿੰਦੇ ਨੇ ਜਿਹੜਾ ਪਿਆਰ ਵਿੱਚ ਜੁੜ ਕੇ ਗੁਰਬਾਣੀ ਦਾ ਕੀਰਤਨ ਕਰਦਾ ਔਰ ਸਤਗੁਰੂ ਜੀ ਨੇ ਕੀਰਤਨੀਆਂ ਨੂੰ ਬਹੁਤ ਵੱਡਾ ਮਾਨ ਦਿੱਤਾ ਸਮੇਂ-ਸਮੇਂ ਤੇ ਆਪਣੇ ਸਮੇਂ 'ਚ ਵੀ ਉਦੋਂ ਬਾਅਦ ਵੀ ਆਪਾਂ ਦੇਖਦੇ ਗੁਰੂ ਘਰ 'ਚ ਬੜੇ ਕੀਰਤਨੀਆਂ ਪੈਦਾ ਹੋਏ ਗੁਰੂ ਕਲਗੀ ਤਰਪਾਦਸਾ ਜੀ ਦੇ ਸਮੇਂ ਕੀਰਤਨੀਆਂ ਨੂੰ ਮਾਨ ਵਡਿਆਈ ਸਤਗੁਰੂ ਜੀ ਨੇ ਦਿੱਤੀ ਹੈ ਔਰ ਜਦ ਅਸੀਂ ਗੁਰ ਇਤਿਹਾਸ ਪੜ੍ਹਦੇ ਬੜੇ-ਬੜੇ ਪਿਆਰੇ ਕੀਰਤਨੀ ਹੋਏ ਨੇ ਗੁਰੂ ਘਰ ਦੇ ਵਿੱਚ ਤੇ ਗੁਰੂਆਂ ਦੀਆਂ ਸੰਗਤਾਂ ਨੇ ਉਹਨਾਂ ਨੂੰ ਕਿੰਨਾ ਮਾਣ ਦਿੱਤਾ ਕਿੰਨੀ ਵਡਿਆਈ ਦਿੱਤੀ ਹੈ ਭਾਈ ਪਿਆਰਾ ਸਿੰਘ ਜੀ ਭਾਈ ਸੰਤਾ ਸਿੰਘ ਜੀ ਭਾਈ ਸੁਮਿੰਦਰ ਸਿੰਘ ਜੀ ਗੁਰੂ ਕੇ ਕੀਰਤਨੀਏ ਬੜੇ ਪਿਆਰੇ ਹੋਏ ਨੇ ਹੋਰ ਬੜੇ ਬੜੇ ਮਹਾਨ ਕੀਰਤਨੀ ਅੱਜ ਵੀ ਨੇ ਅੱਜ ਵੀ ਪਿਆਰ ਵਾਲੇ ਨੇ ਪਰ ਹੁਣ ਉਹ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਸਤਿਗੁਰੂ ਸਾਹਿਬ ਜੀ ਕਹਿੰਦੇ ਕੀਰਤਨ ਇੱਕ ਨਿਰਮੋਲਕ ਹੀਰਾ ਹੈ ਜੇ ਅਸੀਂ ਕੀਰਤਨ ਦੇ ਨਾਲ ਜੁੜ ਜਾਈਏ ਗੁਰਬਾਣੀ ਚ ਵਾਰ-ਵਾਰ ਸਾਨੂੰ ਸਾਡੇ ਸਤਗੁਰੂ ਜੀ ਨੇ कीर्तन ਨਾਲ ਜੁੜਨ ਦੀ ਗੱਲ ਕਹੀ ਹੈ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਕਤ ਪੁਨ ਮਾਨਸ ਜਨਮ ਕਤ ਸਾਧ ਸੰਗ نس ਦਿਨ ਕੀਰਤਨ ਸਮੇ ਚਲ ਜਾਈਏ ਉਹ ਭਾਈ ਪਤਾ ਨਹੀਂ ਕਿੰਨਾ ਕੁ ਚਿਰੇ ਜ਼ਿੰਦਗੀ ਹੈ ਸਾਡੀ ਕੋਈ ਭਰੋਸਾ ਨਹੀਂ ਹੈ ਅੱਜ ਦੀ ਰਾਤ ਹੈ ਕੱਲ ਨੂੰ ਰਹਿਣਾ ਕਿਨੇੜਾ ਤੇ ਪ੍ਰਮਾਤਮਾ ਜਾਣਦਾ ਹੈ ਹਮ ਆਦਮੀ ਹਾਂ ਇੱਕ ਦਮ ਹੀ ਮੋਹਲਤ ਮੋਤ ਨਾ ਜਾਣਾ ਕਤ ਪੁਨ ਮਾਨਸ ਜਨਮ ਇਹ ਕਿੰਨਾ ਚਿਰ ਹੈ ਜ਼ਿੰਦਗੀ ਮੁੜ ਕੇ ਮਿਲਣੀ ਹੈ ਕਿ ਨਹੀਂ ਮਿਲਣੀ ਹੈ ਵੀ ਕੋਈ ਪਤਾ ਨਹੀਂ ਹੈ ਕਤ ਸਾਧ ਸੰਗਤ ਅ ਸਾਧ ਸੰਗਤ ਵਿੱਚ ਆਉਣਾ ਕਿੰਨਾ ਚਿਰ ਸਾਨੂੰ ਪ੍ਰਾਪਤ ਹੋਣਾ ਇਹ ਵੀ ਕੋਈ ਪਤਾ ਨਹੀਂ ਹੈ ਦੇਖੋ ਹੁਣ ਨੇੜੇ ਗੁਰੂ ਘਰ ਅਸੀਂ ਆ ਗਏ ਕਈ ਵਾਰੀ ਗੁਰੂ ਘਰ ਨੇੜੇ ਨਹੀਂ ਹੁੰਦਾ ਕਈ ਵਾਰੇ ਸਰੀਰ ਕਰਕੇ ਅਸੀਂ ਆ ਨਹੀਂ ਸਕਦੇ ਕਈ ਮਜਬੂਰੀਆਂ ਬਣ ਜਾਂਦੀਆਂ ਕੰਮਕਾਰ ਕਰਕੇ ਮਜਬੂਰੀਆਂ ਬਣ ਜਾਂਦੀਆਂ ਨੇ ਤੇ ਕਈ ਵਾਰੀ ਸੰਗਤ ਆ ਕੇ ਅਸੀਂ ਜੁੜਦੇ ਹੀ ਨਹੀਂ ਗੱਲਾਂ ਹੀ ਕਰਦੇ ਨੇ ਪਿੱਛੇ ਬੈਠ ਕੇ ਭਾਈ ਗੁਰਦਾਸ ਜੀ ਕਹਿੰਦੇ ਕਤ ਪਨ ਸਾਧ ਸੰਗਤ ਕਤ ਮਾਨਸ ਜਨਮ ਨਿਸ ਦਿਨ ਕੀਰਤਨ ਸਮੇਂ ਚੱਲ ਆਈ ਹੈ ਹਰ ਰੋਜ਼ ਹਰ ਵੇਲੇ ਸਾਨੂੰ ਕੀਰਤਨ ਦੇ ਟਾਈਮ ਤੇ ਜਰੂਰ ਚੱਲ ਕੇ ਆਉਣਾ ਚਾਹੀਦਾ ਹੈ ਕੀਰਤਨ ਨੂੰ ਪਿਆਰ ਦੇ ਨਾਲ ਸੁਣਨਾ ਚਾਹੀਦਾ ਹੈ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਭਾਈ ਚਾੜੂ ਜੀ ਭਾਈ ਕੇਧਾਰਾ ਜੀ ਭਾਈ ਮੁਕੰਦਾ ਜੀ ਆਏ ਸਤਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਪਰਮਾਤਮਾ ਨੂੰ ਮਿਲਣ ਦਾ ਸਾਧਨ ਕੀ ਹੈ ਤਰੀਕਾ ਕੀ ਹੈ ਸਤਗੁਰੂ ਜੀ ਕਹਿੰਦੇ ਤੁਹਾਨੂੰ ਰਾਗ ਵਿੱਧਿਆ ਆਉਂਦੀ ਹੈ ਗੁਰਬਾਣੀ ਦਾ ਕੀਰਤਨ ਕਰਿਆ ਕਰੋ ਕੀਰਤਨ ਮਹਾਨ ਦਾਤ ਹੈ ਕੀਰਤਨ ਉਤਮ ਦਾਤ ਹੈ ਪੁਰਾਣਾ ਚ ਇੱਕ ਬੜੀ ਪਿਆਰੀ ਗਾਥਾ ਹੁੰਦੀ ਹੈ ਦੇਖੋ ਹੋਰ ਧਰਮ ਗ੍ਰੰਥਾਂ ਦੇ ਗ੍ਰੰਥ ਵੀ ਸਾਨੂੰ ਪੜ੍ਹਨੇ ਚਾਹੀਦੇ ਨੇ ਉੱਥੋਂ ਬੜੀਆਂ ਗਿਆਨ ਦੀਆਂ ਗੱਲਾਂ ਮਿਲਦੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਮਹਾਨ ਹੈ ਉੱਤਮ ਹੈ ਪਰ ਚੰਗੀ ਗੱਲ ਜਿੱਥੋਂ ਮਿਲੇ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਕਹਿੰਦੇ ਨੇ ਇੱਕ ਵੇਰਾ ਨਾਰਦ ਮੁਨੀ ਇੱਕ ਤਪਸਵੀ ਕੋਲ ਆ ਗਿਆ ਤਪਸਵੀ ਨੇ 20000 ਵਰੇ ਤਪ ਕੀਤਾ ਸੀ ਨਾਰਦਮੁਨੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਵਿਸ਼ਨੂੰ ਜੀ ਦਾ ਕੀਰਤਨੀ ਹੈ ਭਗਵਾਨ ਦਾ ਕੀਰਤਨੀ ਆ ਕਿੰਦੇ ਨੇ ਸ਼ਾਸਤਰਾ ਪ੍ਰਾਣਾ ਤੇ ਸ਼ਰਧਾ ਰੱਖਣ ਵਾਲੇ ਜੋ ਵੀਰ ਨੇ ਕਿੰਨੇ ਜਿਸ ਵੇਲੇ ਆਇਆ ਕੋ ਵੀਣਾ ਹੁੰਦੀ ਸੀ ਜਿਸ ਵੇਲੇ ਆਇਆ ਤਪਸਵੀ ਨੇ ਬੜੀ ਆਉ ਭਗਤ ਕੀਤੀ ਕੋਈ ਦਿਨ ਆਪਣੇ ਕੋਲ ਰੱਖਿਆ ਤੇ ਜਦੋਂ ਉਹਨੂੰ ਵਿਦਾ ਕਰਨ ਲੱਗਾ ਨਾ ਉਹਨੇ ਖੁਸ਼ ਹੋ ਕੇ ਕਿਹਾ ਕਿ ਮੈਂ 20000 ਵਰੇ ਤਪ ਕੀਤਾ ਹੈ 10000 ਵਰੇ ਤਪ ਦਾ ਫਲ ਮੈਂ ਤੁਹਾਨੂੰ ਦਾਨ ਵਜੋਂ ਦਿਨਾ ਭੇਟਾ ਵਜੋਂ ਦਿਨਾ ਇਹਦਾ ਵੱਡਾ ਸਤਕਾਰ ਕੀਤਾ ਆਪਣੇ 10000 ਵਰੇ ਦੀ ਘਾਲਣਾ ਉਹਨੇ ਨਾਰਦ मुनि ਨੂੰ ਦੇ ਦਿੱਤੀ ਨਾਰਦ मुनि ਚਲਿਆ ਗਿਆ ਉੱਥੋਂ ਤੇ ਉਹ ਹੁਣ ਤਪਸਵੀ ਜਿਹੜਾ ਸੀ ਨਾ ਉਹ ਵੀ ਕੁਝ ਕੁ ਦੇਣਾ ਬਾਅਦ ਮਗਰੇ ਤੁਰ ਪਿਆ ਕਿ ਮੈਂ ਇਹਦਾ ਇੰਨਾ ਸਤਕਾਰ ਕੀਤਾ ਪਹਿਲਾਂ ਮੇਰੀ ਕੀ ਕਦਰ ਕਰਦਾ ਮਗਰੇ ਚੱਲ ਪਿਆ ਹੋਛਾ ਸੀ ਨਾ ਗੁਰਮਤਿ ਨੇ ਕਿਤੇ ਤਪ ਦੀ ਗੱਲ ਨਹੀਂ ਕੀਤੀ ਗੁਰਮਾਣੀ ਕਹਿੰਦੀ ਸਾਨੂੰ ਵਾਹਿਗੁਰੂ ਜੀ ਦੇ ਸਿਮਰਨ ਨਾਲ ਜੁੜੋ ਵਾਹਿਗੁਰੂ ਜੀ ਦੀ ਭਾਉ ਭਗਤੀ ਵਿੱਚ ਜੁੜੋ ਕਹਿੰਦੇ ਜਿਸ ਵੇਲੇ ਗਿਆ ਨਾਰਦ Muni ਨੇ ਜੀ ਆਇਆਂ ਆਖਿਆ ਤੇ ਖੁਸ਼ ਹੋ ਕੇ ਨੂੰ ਦੋ ਘੜੀਆਂ ਸੰਗਤ ਤੇ ਕੀਰਤਨ ਦਾ ਫਲ ਦਿੱਤਾ ਦੋ ਘੜੀਆਂ ਸੰਗਤ ਤੇ ਕੀਰਤਨ ਦਾ ਫਲ ਇਹ ਤਪਸਵੀ ਤੇ ਨਰਾਜ਼ ਹੋ ਗਿਆ ਕਹਣ ਲਗਾ ਪੰਡਤਾ ਤੂੰ ਮੇਰੇ ਕੋਲ ਆਇਆ ਤੈਨੂੰ ਮੈਂ 10000 ਵਰੇ ਤਪ ਦਾ ਫਲ ਦਿੱਤਾ ਤੇ ਤੂੰ ਦੋ ਘੜੀਆਂ ਦੇ ਕੇ ਮੈਨੂੰ ਮਖੌਲ ਕਰ ਰਿਹਾ ਦੋ ਘੜੀਆਂ ਕੀਰਤਨ ਸੰਗਤ ਦਾ ਫਲ ਨਾਰਦ Muni ਕਹਿਣ ਲਗਾ ਕੀਰਤਨ ਬੜਾ ਮਹਾਨ ਹੁੰਦਾ ਹੈ कीर्तन कि महान है सतगुरु जी ने गुरबाणी च कीर्तन की किडियाई की है तीर्थ जाओ तो हौ हौ करते पंडित पूछो तो माया राते सो स्थान बताओ मीता जाके हर हर कीर्तन के जे मैं तीर्था से जाता तो उ हंकार भरया पड़े वे विद्वाना को जाना वो हंकार पे ने ਉਹ ਕਿਹੜਾ ਸਥਾਨ ਹੈ ਜਿੱਥੇ ਮੈਂ ਕੀਰਤਨ ਚੱਲੇ ਬਲੀਨ ਹੋ ਸਕਦਾ ਤੇ ਸਤਿਗੁਰੂ ਦੇ ਸਾਥ ਸੰਗਰ ਕੀਰਤਨ ਪਾਈਏ ਇਹ ਸਥਾਨ ਗੁਰੂ ਤੇ ਪਾਈਏ ਸਤ ਸੰਗਤ ਵਿੱਚ ਆਜੋ ਜਿੱਥੇ ਕੀਰਤਨ ਹੁੰਦਾ ਹੈ ਗੁਰਬਾਣੀ ਦਾ ਕਹਿੰਦੇ ਜਿਸ ਵੇਲੇ ਉਹ ਤਪਸਵੀ ਨਾਰਾਜ ਹੋ ਗਿਆ ਕਿ ਤੂੰ ਮੇਰੀ ਬੇਇੱਜ਼ਤੀ ਕੀਤੀ ਦੋ ਘੜੀਆਂ ਦੇ ਕੇ ਨਾਰਦਮਨੀ ਸਮਝਾ ਰਿਹਾ ਉਹ ਕੀਰਤਨ ਬੜੀ ਉੱਤਮ ਦਾਤ ਹੈ ਪਰ ਤਪਸਵੀ ਨੂੰ ਧੀਰਜ ਨਹੀਂ ਆਇਆ ਉਹ ਨਾਰਾਜ ਹੋ ਕੇ ਵਿਸ਼ਨੂੰ ਕੋ ਚੱਲਿਆ ਗਿਆ ਕਿ ਨੇ ਮੇਰਾ ਨਰਾਦਰ ਕੀਤਾ ਇਨੇ ਮੇਰੀ ਬੇਇੱਜ਼ਤੀ ਕੀਤੀ ਐ। ਵਿਸ਼ਨੂ ਜੀ ਨੇ ਦੇਖਿਆ ਕਿ ਗੁੱਸੇ 'ਚ ਬੜਾ ਐ। ਹੁਣ ਤਪਸਵੀਆਂ ਤੋਂ ਦੁਨੀਆ ਡਰਦੀ ਬੜੀ ਐ। ਬਹੁਤ ਲੋਕੀ ਡਰਦੇ ਮੱਥੇ ਟੇਕੀ ਜਾਂਦੇ ਕਿ ਤਪਸਵੀ ਸਰਾਫ ਹੀ ਨਾ ਦੇ ਦੇਵੇ। ਜਿਹੜਾ ਸਰਾਫ ਦੇਵੇ ਉਹ ਧਰਮੀ ਨਹੀਂ ਹੋ ਸਕਦਾ। ਜਿਹੜਾ ਆਪਣੇ ਬਚਨਾਂ ਨਾਲ ਕਿਸੇ ਦਾ ਨੁਕਸਾਨ ਕਰਨ ਦੀ ਗੱਲ ਕਰੇ ਉਹ ਧਰਮੀ ਹੋ ਹੀ ਨਹੀਂ ਸਕਦਾ, ਸੰਤ ਹੋ ਹੀ ਨਹੀਂ ਸਕਦਾ। ਵਿਸ਼ਨੂ ਜੀ ਡਰ ਗਏ। ਬ੍ਰਹਮਾ ਕੋਲ ਚਲੇ ਗਿਆ। ਉਹਨਾਂ ਵੀ ਅੱਗੇ ਤੋਰ ਤੱਕ ਕਰਦੇ ਕਰਾਉਂਦੇ ਉਹਨਾਂ ਨੂੰ ਭੇਟਾ ਸ਼ੇਖ ਨਾਗ ਦੇ ਕੋਲ। ਸ਼ੇਸਨਾਗ ਦੇ ਪ੍ਰਥਾਏ ਇਹ ਪੁਰਾਣਾ ਚਗਾਥਾ ਹੈ ਧਾਰਨਾ ਹੈ ਕਿ ਉਹਨੇ ਧਰਤੀ ਨੂੰ ਆਪਣੇ ਫਨ ਤੇ ਚੁਕਿਆ ਹੋਇਆ ਹੈ ਇਹ ਵੀ ਕਹਿੰਦੇ ਬਲਦ ਨੇ ਚੁਕਿਆ ਕਦੇ ਕਹਿੰਦੇ ਸ਼ੇਸਨਾਗ ਨੇ ਚੁਕਿਆ ਪਰ ਗੁਰਬਾਣੀ ਕਹਿੰਦੀ ਹੈ ਕਿ ਧਰਤੀ ਧਰਮ ਦੇ ਆਸਰੇ ਤੇ ਖੜੀ ਹੈ ਕਹਿੰਨੇ ਨੇ ਸ਼ੇਖਨਾਗ ਨੇ ਇੱਕ ਗੱਲ ਕੀ ਕਿ ਇੰਨਾ ਵੱਡਾ ਮੈਂ ਭਾਰ ਚੁੱਕਿਆ ਹੈ ਤੇ ਮੁਕਦਮਾ ਤੇਰਾ ਬੜਾ ਗੰਭੀਰ ਜਿਹਾ ਹੈ ਤੇ ਮੈਂ ਤੇ ਮੌਕਾ ਦੇਖ ਕੇ ਵੇਲਾ ਬੈਠ ਕੇ ਗੱਲ ਕਰ ਸਕਦਾ ਨਾ ਸਿਰ ਤੋਂ ਭਾਰ ਲੱਥੇ ਤਾਂ ਹੀ ਗੱਲ ਕਰ ਸਕਦਾ ਕੋਈ ਇਹਨੂੰ ਆਸਰਾ ਮਿਲੇ ਧਰਤੀ ਨੂੰ ਕਹਿੰਦੇ ਉਸ ਤਪਸਵੀ ਨੇ ਕਿਹਾ ਕਿ 20000 ਵਰੇ ਤਪ ਕੀਤਾ ਸੀ 10000 ਦਾ ਤੇ ਫਾਲ ਉਹਨੂੰ ਦੇਤਾ ਜਿਹਨੇ ਮੈਨੂੰ ਮਖੌਲ ਕੀਤਾ ਤੇ 10000 ਵਰੇ ਜਿਹੜਾ ਬਾਕੀ ਉਹ ਮੈਂ ਤੈਨੂੰ ਦਿੰਨਾ ਉਹਦੇ ਆਸਰੇ ਧਰਤੀ ਟਿਕ ਜਾਏਗੀ ਸਿਰ ਕੱਢ ਲੈ ਆਪਣਾ ਕਹਿੰਦੇ ਜਿਸ ਵੇਲੇ ਉਹ ਸਿਰ ਕੱਢਣ ਲੱਗਾ ਤੇ ਧਰਤੀ ਡੰਮ ਡੋਲੋਗੀ ਕਹਿਣ ਲੱਗਾ ਇਹਦੇ ਨਾਲ ਗੱਲ ਨਹੀਂ ਬਣੀ ਕੋਈ ਹੋਰ ਸਾਧਨ ਕਰ ਤੇ ਉਸ ਲਈ ਤਪਸਵੀ ਕਹਿੰਣਗਾ ਹੋਰ ਤੇ ਕੁਝ ਹੈ ਨਹੀਂ ਮੇਰੇ ਕੋਲ ਅਜਿਹੜਾ ਨਾਰਦ ਮੁਨੀ ਨੇ ਮਖੌਲ ਚ ਦੋ ਘੜੀਆਂ ਕੀਰਤਨ ਸੰਗਤ ਦੀ ਗੱਲ ਕਹੀ ਉਹੀ ਲਾ ਕੇ ਦੇਖ ਲੈ ਕੀ ਪਤਾ ਗੱਲ ਬਣੀ ਜਾਏ ਜਦੋਂ ਦੋ ਘੜੀਆਂ ਸੰਗਤ ਕੀਰਤਨ ਦੀ ਗੱਲ ਕੀਤੀ ਧਰਤੀ ਖਲੋ ਗਈ ਤੇ ਸ਼ੇਖ ਨਗ ਨੇ ਇੱਕ ਗੱਲ ਕਿ ਕਿ ਜਿਹੜਾ ਕੰਮ ਤੇਰੇ 10000 ਵਰੇ ਦੇ ਤਪ ਨੇ ਨਹੀਂ ਕੀਤਾ ਉਹ ਕੰਮ ਤੇ ਦੋ ਘੜੀਆਂ ਕੀਰਤਨ ਸੰਗਤ ਨਹੀਂ ਕਰ ਦਿੱਤਾ ਮੇਰੀ ਤੇ ਹੁਣ ਫੈਸਲੇ ਦੀ ਲੋੜ ਨਹੀਂ ਫੈਸਲਾ ਤੇ ਆਪੇ ਹੋ ਗਿਆ ਤੇਰੇ ਤਪ ਨਾਲੋਂ ਉਹ ਦੋ ਘੜੀਆਂ ਕੀਰਤਨ ਦੋ ਘੜੀਆਂ ਸੰਗਤ ਮਹਾਨ ਹੈ ਗੁਰਬਾਣੀ ਨੇ ਇਹ ਗੱਲ ਕਹੀ ਹੈ ਕਿ ਕੀਰਤਨ ਇਨਾ ਮਹਾਨ ਹੈ ਕੀਰਤਨ ਵਿੱਚ ਸੁਰਤ ਜੁੜੀ ਹੋਈ ਹੈ ਧੰਮਰਾਜ ਨੇ ਉੱਚੇ ਚਿਤ ਵਰਤੀ ਆਪਣੇ ਦੂਤਾਂ ਨੂੰ ਇੱਕ ਗੱਲ ਕੀਤੀ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇ ਨਾਹੋ ਨਾ ਤੂੰ ਨਹਿ ਛਟੇ ਨਿਕਟ ਨਾ ਜਾਈਓ ਦੂਤ ਜਿੱਥੇ ਪ੍ਰਮਾਤਮਾ ਦਾ ਕੀਰਤਨ ਹੋ ਰਿਹਾ ਜਿਸ ਮਨੁੱਖ ਦੀ ਸੁਰਤ ਕੀਰਤਨ ਚ ਲੱਗੀ ਹੋਈ ਹੈ ਦੂਤੋਂ ਉੱਥੇ ਨਾ ਚਲੇ ਜਾਇਓ ਜੇ ਚਲੇਗੇ ਤੁਸੀਂ ਬਚ ਨਹੀਂ ਸਕੋਗੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸੇ ਕਰਕੇ ਕਿਹਾ ਹਰ ਦਿਨ ਰਹਿਣ ਕੀਰਤਨ ਗਾਈਏ ਬਹੁ ਨਜੋ ਨਹੀਂ ਪਾਈਏ ਵਾਹਿਗੁਰੂ ਜੀ ਦੀ ਸਿਮਤ ਸਲਾ ਕਰੋ ਵਾਹਿਗੁਰੂ ਜੀ ਦੀ ਕੀਰਤੀ ਕਰੋ ਤਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਅਸ਼ਟਪਦੀਆਂ ਚ ਸੋਰਠ ਰਾਗ ਦੀਆਂ ਅਸ਼ਟਪਦੀਆਂ ਅਸੀਂ ਪੜਦੇ ਆ ਜਿਹਦੇ ਸਾਰੇ ਦੁਨੀਆਂ ਦੇ ਸਾਧਨ ਸਤਿਗੁਰੂ ਜੀ ਨੇ ਗਿਣੇ ਨੇ ਜੋ ਮਰਜੀ ਕਰ ਲੋ ਪਾਠ ਪੜਿਓ ਔਰ 베ਦ ਵਿਚਾਰਿਓ ਨਿਵਲ ਪੇ ਹੰਗਮ ਸਾਦੇ ਪੰਜ ਜਨਾ ਸੇ ਸੰਗ ਨਾ ਛੁਟਕਿਓ ਅਦਿਕ ਐਂਗ ਬੰਦ ਬਾਧੇ ਪਿਆਰੇ ਇਨ ਵਿਧ ਮਿਲ ਨਾ ਜਾਈ ਰੱਬ ਨੂੰ ਮਿਲਣ ਦੇ ਲਈ ਤੁਸੀਂ ਜਿੰਨੇ ਮਰਜੀ ਪਾਠ ਕਰੀ ਜਾਓ ਰੱਬ ਨੂੰ ਮੈਨ ਦੇ ਲਈ ਤੁਸੀਂ ਜੋਗੀਆਂ ਵਾਲੇ ਸਾਧਨ ਕਰੀ ਜਾਓ ਤਪ ਕਰੀ ਜਾਓ ਜੰਗਲਾਂ 'ਚ ਫਿਰਦੇ ਰਹੋ ਭੁੱਖੇ ਬੈਠੇ ਰਹੋ ਨੰਗੇ ਫਿਰਦੇ ਰਹੋ ਹੱਥਾਂ 'ਤੇ ਰੋਟੀ ਖਾਓ ਕਿ ਕਹਿੰਦੇ ਨਾ ਜੀ ਅਸੀਂ ਸਟੀਲ ਦੇ ਭਾਂਡਿਆਂ 'ਚ ਨਹੀਂ ਖਾਣੀ ਜਾਂ ਇੱਦੇ ਲੋਹੇ ਦੇਆਂ 'ਚ ਖਾਣੀ ਜਾਦ ਜਦ ਮਰਜੀ ਖਾਈ ਚੱਲੀ ਜਾਓ ਤੁਸੀਂ ਹੋਰ ਬੜੀ ਗਿਣਤੀ ਮਿੰਤੀ ਕੀਤੀ ਸਤਗੁਰੂ ਜੀ ਨੇ ਸਤਗੁਰੂ ਜੀ ਨੇ ਵਾਰ-ਵਾਰ ਕਿਹਾ ਨਹਿ ਮਿਲੀਏ ਇਹ ਜੁਗਤ ਇਨ ਵਿਧ ਮਿਲ ਨਾ ਜਾਈ ਇਹਨਾਂ ਤਰੀਕਿਆਂ ਦੇ ਨਾਲ ਸਗੋਂ ਪ੍ਰਾਪਤੀ ਨਹੀਂ ਹੋਣੀ ਅਧਿਕ ਅਹਿਮ ਬੋਧ ਬਾਧੇ ਤੇ ਗੁਰੂ ਸਾਹਿਬ ਜੀ ਨੇ ਉਹ ਸਾਧਨ ਵੀ ਦੱਸਿਆ ਕਿ ਮੇਲ ਹੁੰਦਾ ਕਿਵੇਂ ਸਤਗੁਰ ਜੀ ਕਹਿੰਦੇ ਨੇ ਕਿ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਯੋ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਹਰੀ ਦੀ ਕੀਰਤੀ ਪ੍ਰਭੂ ਦੀ ਕੀਰਤੀ ਤੇ ਸਤ ਸੰਗਤ ਜੁੜਨਾ ਸਭ ਤੋਂ ਉਤਮ ਕਰਮ ਹੈ ਤੇਰਾ ਸੇਵਕ ਇਹ ਮਨ ਰਾਤਾ ਰੱਬ ਦਾ ਪਿਆਰਾ ਸਦਾ ਵਾਹਿਗੁਰੂ ਜੀ ਦੀ ਕੀਰਤੀ ਚ ਜੁੜਿਆ ਰਹਿਣ। ਸਾਨੂੰ ਸਾਡੇ ਸਤਿਗੁਰੂ ਜੀ ਨੇ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਲਈ ਕੀਰਤਨ ਦੀ ਮਹਾਨ ਦਾਤ ਦਿੱਤੀ, ਵੱਡਮੁੱਲੀ ਦਾਤ ਦਿੱਤੀ ਹੈ। ਇਸ ਕਰਕੇ ਜੋ ਮਹਾਨ ਦਾਤਾਂ ਨੇ ਉਹ ਹੈ ਸਤਸੰਗਤ ਅਤੇ ਕੀਰਤਨ। ਗੁਰੂ ਨਾਨਕ ਸਾਹਿਬ ਜੀ ਨੇ ਇਸ ਕੀਰਤਨ ਦੇ ਨਾਲ ਵੱਡੇ-ਵੱਡੇ ਅਹੰਕਾਰੀਆਂ ਨੂੰ ਜਿੱਤ ਲਿਆ। ਦੇਖੋ ਗੁਰੂ ਨਾਨਕ ਸਾਹਿਬ ਜੀ ਜਾਣਦੇ ਨੇ ਸਜਣ ਠੱਗ ਬੜਾ ਮਸੂਰ ਇੱਕ ਗਾਥਾ ਸੀ ਸਰਵਣ ਕਰਦੇ ਆ ਜਿਹੜਾ ਬਾਹਰੋਂ ਦੇਖਣ ਨੂੰ ਧਾਰਮਿਕ ਹੈ ਪਰ ਅੰਦਰੋਂ ਦੀ ਬਿਰਤੀ ਬੜੀ ਮਾੜੀ ਹੈ ਬਹੁਤ ਵੱਡੀ ਧਰਮਸ਼ਾਲਾ ਉਹਨੇ ਬਣਾਈ ਹੋਈ ਡੇਰਾ ਬਣਾਇਆ ਹੋਇਆ ਆਏ ਗਿਆ ਨੂੰ ਰੱਖਦਾ ਹੈ ਸੇਵਾ ਪਾਣੀ ਚੰਗੀ ਕਰਦਾ ਹੈ ਰਾਤ ਨੂੰ ਕਤਲ ਕਰਕੇ ਖੂਦ ਸੁੱਟ ਦਿੰਦਾ ਹੈ ਉਹਦੇ ਕੋਲੋਂ ਮਾਲ ਤਨ ਖੋ ਲੈਿੰਦਾ ਹੈ ਮਨੁੱਖਤਾ ਦੇ ਦਰਦ ਦੀ ਗੁਰੂ ਨਾਨਕ ਸਾਹਿਬ ਜੀ ਦੀ ਨજર ਇਸ 나ਗ ਦੇ ਘੁਰਨੇ ਵਿੱਚ ਪੈ ਗਈ ਆਦਮੀ ਬੜੇ ਨੇ ਇਹੋ ਜਿਹੇ ਪਰ ਉੱਥੇ ਨਜ਼ਰ ਕਿਸੇ ਦੀ ਨਹੀਂ ਜਾਂਦੀ ਇਹ ਤਾਂ ਕੋ ਸੂਰਮਾ ਗੁਰੂ ਨਾਨਕ ਸਾਹਿਬ ਜੀ ਵਰਗਾ ਉੱਥੇ ਪਹੁੰਚੇ ਤੋ ਹੀ ਪਹੁੰਚ ਕਰ ਸਕਦਾ ਹੈ ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਗਏ ਭਾਈ ਮਰਦਾਨਾ ਜੀ ਸਤਗੁਰੂ ਜੀ ਦੇ ਨਾਲ ਨੇ ਤੇ ਇਹਨੇ ਸੋਚਿਆ ਲੱਗਦਾ ਕੋ ਚੰਗੇ ਅਮੀਰ ਰੱਜੇ ਪੁਜੇ ਘਰਾਣੇ ਦੇ ਨੇ ਕਿਉਂਕਿ ਚਿਹਰੇ ਤੋਂ ਹੀ ਅੰਦਾਜ਼ਾ ਲਾ ਲੈਂਦੇ ਨੇ ਲੋਕ ਗੁਰੂ ਨਾਨਕ ਸਾਹਿਬ ਜੀ ਦਾ ਨਰਾਨੀ ਚਿਹਰਾ ਤੇ ਜਿਸ ਵੇਲੇ ਸਤਗੁਰੂ ਜੀ ਦੀ ਸੇਵਾ ਚ ਇਨੇ ਆਪਣੇ ਨੌਕਰ ਚੱਕਰ ਭੇਜੇ ਬਾਬਾ ਨਾਨਕ ਜੀ ਕਹਿੰਦੇ ਜਿਸ ਕੰਮ ਲਈ ਆਏ ਉਹਦੇ ਬਾਅਦ ਹੀ ਗੱਲ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਕੀਰਤਨ ਵਿੱਚ ਜੁਟ ਗਏ ਗੁਰਬਾਣੀ ਦਾ ਸ਼ਬਦ ਸ਼ੁਰੂ ਕਰ ਦਿੱਤਾ ਸੋਹੀ ਰਾਗ ਦਾ ਇੱਕ ਪਵਿੱਤਰ ਸ਼ਬਦ ਉਜਲ ਕਾਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤਿਆ ਜੂਠ ਨ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਾਣਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ ਸਤਗੁਰੂ ਜੀ ਨੇ ਵਜਦ ਵਿੱਚ ਆ ਕੇ ਗੁਰਬਾਣੀ ਦਾ ਕੀਰਤਨ ਕੀਤਾ ਸ਼ਬਦ ਗਾਇਨ ਕੀਤਾ ਇਸ ਠਗ ਨੇ ਸਰਵਣ ਕੀਤਾ ਇਹ ਸ਼ਬਦ ਇਹ ਗੁਰਬਾਣੀ ਦਾ ਬੜਾ ਸੁਖੈਨ ਸ਼ਬਦ ਸੀ ਇਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਆਪਣੀ ਬੋਲੀ ਜਿਹੜੀ ਹੈ ਉਹ ਸਾਨੂੰ ਔਖੀ ਲੱਗਦੀ ਹੈ ਆਮ ਬੋਲੀ ਚ ਨਾ ਅਸੀਂ ਆਪਣੀ ਬੋਲੀ ਦੀ ਬਜਾਏ ਅੰਗਰੇਜ਼ੀ ਬੋਲ ਕੇ ਨਾ ਜਲਦੀ ਸਮਝਦੇ ਹਾਂ ਆਪਣਾ ਅਸੀਂ ਫੋਨ ਨੰਬਰ ਵੀ ਦੱਸਣਾ ਹੋਏ ਤੇ ਸਾਨੂੰ ਪੰਜਾਬੀ ਆਉਂਦੀ ਨਹੀਂ ਅੰਗਰੇਜ਼ੀ ਚ ਦੱਸਣ ਦਾ ਮਾਨ ਮਹਿਸੂਸ ਕਰਦੇ ਹਾਂ ਔਰ ਕਿਸੇ ਕੌਮ ਦੀ ਗੁਲਾਮੀ ਦੀ ਗੱਲ ਪਹਿਲਾਂ ਇਥੋਂ ਸ਼ੁਰੂ ਹੁੰਦੀ ਕਿ ਜਦੋਂ ਆਪਣੀ ਬੋਲੀ ਭੁੱਲ ਜਾਏ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਸਤਿਗੁਰੂ ਜੀ ਨੇ ਬਾਣੀ ਚ ਉਸ ਵੇਲੇ ਦੇ ਸਮਾਜ ਦੀ ਗੱਲ ਕੀਤੀ ਹੈ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਉਸ ਵੇਲੇ ਦੇ ਲੋਕਾਂ ਨੇ ਮਲੇਸ਼ਾਂ ਵਾਲੀ ਬੋਲੀ ਜਿਹੜੀ ਸੀ ਬੋਲਣੀ ਸ਼ੁਰੂ ਕਰਤੀ ਬੋਲੀ ਕੋਈ ਮਾੜੀ ਨਹੀਂ ਸਾਰੀਆਂ ਬੋਲੀਆਂ ਆਉਣੀਆਂ ਚਾਹੀਦੀਆਂ ਵੱਧ ਤੋਂ ਵੱਧ ਆਉਣੀਆਂ ਚਾਹੀਦੀਆਂ ਪਰ ਆਪਣੀ ਬੋਲੀ ਨੂੰ ਪਿਆਰ ਹੋਣਾ ਚਾਹੀਦਾ ਹੈ ਮੈਂ ਬੇਨਤੀ ਕਰਾਂ ਸਤਗੁਰੂ ਜੀ ਨੇ ਠੇਠ ਪੰਜਾਬੀ ਚ ਸ਼ਰਲ ਬੋਲੀ ਚ ਇਹ ਸ਼ਬਦ ਉਚਾਰਨ ਕੀਤਾ ਉਹ ਠੱਗ ਦੇ ਅੰਦਰ ਇੱਕ ਇੱਕ ਸ਼ਬਦ ਦਾ ਬਚਨ ਜਿਹੜਾ ਸੀ ਨਾ ਤੀਰ ਵਾਂਗੂੰ ਵੱਜਿਆ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਕੀਰਤਨ ਦੇ ਵਿੱਚੋਂ ਮਸਤ ਹੋ ਗਿਆ ਲੀਨ ਹੋ ਗਿਆ ਇਹਨਾਂ ਲੀਨ ਹੋ ਗਿਆ ਕਿ ਉਹਦਾ ਅੰਦਰ ਹੀ ਧੋਤਾ ਗਿਆ ਪਵਿੱਤਰ ਹੋ ਗਿਆ ਉਹ ਦਰਸਲ ਠੱਗ ਤੋਂ ਸੰਤ ਬਣ ਗਿਆ ਵਾਕੇ ਉਹ ਸੱਜਣ ਬਣ ਗਿਆ ਗੁਰੂ ਦਾ ਪ੍ਰੇਮੀ ਨੇ ਉਹ ਤੇ ਬਹੁਤ ਵੱਡਾ ਪ੍ਰਚਾਰਕ ਬਣ ਗਿਆ ਕੀਰਤਨ ਦੀ ਕਰਾਮਾਤ ਅੱਜ ਵੀ ਗੁਰਬਾਣੀ ਦਾ ਕੀਰਤਨ ਕੋ ਪਿਆਰ ਨਾਲ ਕਰੇ ਜੁੜ ਕੇ ਕਰੇ ਤੇ ਸੁਣਨ ਵਾਲਾ ਪਿਆਰ ਦੇ ਨਾਲ ਸਰਵਣ ਕਰੇ ਮਨੁੱਖ ਜੋ ਆਨੰਦ ਕੀਰਤਨ ਵਿੱਚੋਂ ਮਿਲਦਾ ਹੈ ਨਾ ਗੁਰਬਾਣੀ ਕਹਿੰਦੀ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਵੇਂ ਬੈਕੁੰਠ ਦੀ ਗੱਲ ਕੀਤੀ ਗਈ ਕਿ ਕੋਈ ਬੈਕੁੰਠ ਬੈਕੁੰਠ ਦਾ ਅਰਥ ਹੁੰਦਾ ਰੱਬ ਦੇ ਵਸਣ ਵਾਲੀ ਥਾਂ ਆਮ ਸਾਨੂੰ ਦੱਸਿਆ ਜਾਂ ਅਸੀਂ ਸੁਣਿਆ ਕਿ ਰੱਬ ਸੈਦ ਵੱਖਰਾ ਹੀ ਕਿਤੇ ਵਸਦਾ ਹੈ ਕੋਈ ਕਹਿੰਦਾ ਕਿ ਆਕਾਸ਼ ਵਿੱਚ ਹੈ ਕੋਈ ਕਹਿੰਦਾ ਪੂਰਬ ਵਿੱਚ ਹੈ ਕੋਈ ਕਹਿੰਦਾ ਪੱਛਮ ਵਿੱਚ ਹੈ ਪਰ ਗੁਰਬਾਣੀ ਕਹਿੰਦੀ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਜਿੱਥੇ ਪ੍ਰਮਾਤਮਾ ਦਾ ਕੀਰਤਨ ਹੈ ਉੱਥੇ ਹੀ ਬੈਕੁੰਠ ਹੈ ਉੱਥੇ ਰੱਬ ਦੀ ਥਾਂ ਹੈ ਉੱਥੇ ਰੱਬ ਵੱਸਦਾ ਹੈ ਭਾਵ ਕੀਰਤਨ ਦੇ ਵਿੱਚ ਪ੍ਰਮਾਤਮਾ ਵੱਸਦਾ ਹੈ ਸਾਨੂੰ ਸਾਡੇ ਸਤਗੁਰੂ ਜੀ ਨੇ ਕੀਰਤਨ ਦੀ ਇੰਨੀ ਮਹਾਨ ਦਾਤ ਦਿੱਤੀ ਹੈ ਮੈਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਵੀ ਕੀਰਤਨੀਆਂ ਦਾ ਬੜਾ ਸਤਿਕਾਰ ਕਰਦੇ ਸਨ ਉਦੋਂ ਬਾਅਦ ਪੰਥ ਬੜੇ ਬੜੇ ਪਿਆਰੇ ਕੀਰਤਨੀ ਹੋਏ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਨੇ ਬਹੁਤ ਵੱਡਾ ਮਾਣ ਦਿੱਤਾ ਅੱਜ ਵੀ ਸੰਗਤਾਂ ਮਾਣ ਦਿੰਦੀਆਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਜ਼ਿੰਦਗੀ ਦੀ ਇੱਕ ਗਾਥਾ ਹੁੰਦੀ ਹੈ ਸਤਗੁਰ ਸੱਚੇ ਪਤਸਰ ਜੀ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਗੱਲ ਕਰਨ ਲੱਗੇ ਨਾ ਥਾਂ ਥਾਂ ਤੋਂ ਸਤਗੁਰ ਜੀ ਨੇ ਪੋਥੀਆਂ ਇਕੱਤਰ ਕੀਤੀਆਂ ਗੁਰੂ ਸਾਹਿਬ ਜੀ ਦੇ ਕੋਲ ਆਪਣਾ ਵੀ ਖਜ਼ਾਨਾ ਸੀ ਬਹੁਤ ਵੱਡਾ ਔਰ ਕੁਝ ਪਤਾ ਲੱਗਾ ਕਿ ਮੋਹਣ ਜੀ ਪਾਸ ਬਾਬਾ ਮੋਹਣ ਜੀ ਗੁਰੂ ਅਮਰਦਾਸ ਜੀ ਮਾਰੇ ਦੇ ਵੱਡੇ ਸਹਬਜ਼ਾਦੇ ਨੇ ਉਹਨਾਂ ਕੋਲ ਵੀ ਪੋਥੀਆਂ ਨੇ ਇਹ 사ਧਗੋਜੀ ਨੇ ਭੇਜਿਆ ਬਾਬਾ ਬੁੱਢਾ ਜੀ ਨੂੰ ਪੋਥੀਆਂ ਲੈਣ ਦੇ ਲਈ ਮੋਹਨ ਜੀ ਕਹਿੰਦੇ ਮਸਤ ਜੋਗੀ ਸਨ ਹੱਠ ਜੋਗੀ ਸਨ ਉਹ ਸਮਾਦੀ 'ਚ ਬੈਠੇ ਉੱਠਦੇ ਹੀ ਨਹੀਂ ਸਨ ਕਿਸੇ ਦੇ ਉਠਾਏ ਵੀ ਸਮਾਦੀ ਟੁੱਟਦੀ ਨਹੀਂ ਸੀ ਗਏ ਬਾਬਾ ਬੁੱਢਾ ਜੀ ਜੋਰ ਲਗਾ ਕੇ ਆ ਗਏ ਗੱਲ ਬਣੀ ਨਹੀਂ ਉਹਨਾਂ ਦੀ ਸਮਾਦੀ ਖੁੱਲੀ ਨਹੀਂ ਪੋਥੀਆਂ ਮਿਲੀਆਂ ਨਹੀਂ ਆਖਰ ਗੁਰੂ ਅਮਰਜਨ ਦੇਵ ਜੀ ਮਰਦ ਆਪ ਗਏ ਸਾਖੀਕਰ ਲਿਖਦੇ ਨੇ ਕਿ ਮੋਹਨ ਜੀ ਦੇ ਚਬਾਰੇ ਦੇ ਬਾਹਰ ਬੈਠ ਕੇ ਨਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਔਰ ਇਸ ਕੀਰਤਨ ਦੀ ਐਹੋ ਜੀ ਖਿੱਚ ਪਾਈ ਇਸ ਕੀਰਤਨ ਦੀ ਐਹੋ ਜੀ ਉਸ ਵੇਲੇ ਖਿੱਚ ਬਣੀ ਕਿ ਮੋਹਨ ਜੀ ਦੀ ਸਮਾਦੀ ਹੀ ਖੁੱਲੀ ਨਹੀਂ ਖੁੱਲੀ ਮੋਹਨ ਜੀ ਆਪ ਪੋਥੀਆਂ ਲੈ ਕੇ ਹਾਜ਼ਰ ਹੋ ਗਏ ਆਪ ਹਾਜ਼ਰ ਹੋ ਗਏ ਇਸੇ ਤਰੀਕੇ ਨਾਲ ਇੱਕ ਬੜੀ ਪਿਆਰੀ ਗਾਥਾ ਹੁੰਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਗੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲੈਣਾ ਜਿਹਨੂੰ ਗੁਰੂ ਅੰਗਦ ਦੇਵ ਜੀ ਥਾਪ ਕੇ ਗੁਰਤਾਗੱਦੀ ਦੀ ਵਡਿਆਈ ਦੇ ਗਏ ਔਰ ਨਾਲ ਹੀ ਕਹਤਾ ਜਾਪੁਰਖੇ ਇੱਥੋਂ ਚਲੇ ਜਾ ਇੱਥੋਂ ਚਲੇ ਜਾ ਇੱਥੇ ਗੁਰੂ ਪੁੱਤਰ ਰਹਿਣਗੇ ਇਹ ਸਾਰਾ ਜੋ ਇੱਥੋਂ ਜਾਇਦਾਦ ਉਹਨਾਂ ਦੀ ਤੂੰ ਇੱਥੋਂ ਚਲੇ ਜਾ ਖਜ਼ਾਨਾ ਜਿਹੜਾ ਸੀ ਸਤਗੁਰੂ ਜੀ ਦੇ ਕੋਲ ਬਾਣੀ ਦਾ ਉਹ ਦੇ ਦਿੱਤਾ ਪਾਈ ਲੈਣਾ ਜੀ ਖੰਡੋਰ ਚ ਆ ਗਏ ਤੇ ਖਨੂਰ ਚ ਆ ਕੇ ਮਾਈ ਬਰਾਈ ਦੇ ਘਰ ਦਰਵਾਜਾ ਬੰਦ ਕਰਕੇ ਬੈਠ ਗਏ ਸਾਖੀ ਕਰ ਕਹਿੰਦੇ ਦਰਵਾਜਾ ਬੰਦ ਹੈ ਨਾਲ ਕਹਤਾ ਕਿਸੇ ਨੂੰ ਦੱਸਣਾ ਨਹੀਂ ਹੈ ਕਿਸੇ ਨੂੰ ਪਤਾ ਨਾ ਲੱਗੇ ਸਮਾਧੀ ਜੁੜ ਗਏ ਧਿਆਨ ਚ ਜੁੜ ਗਏ ਸਤਗੁਰੂ ਸੱਚੇ ਪਤਸਾਹ ਜੀ ਦੀ ਜੋਤੀ ਜੋ ਸਮਾਉਣ ਤੋਂ ਬਾਅਦ ਸਾਰੇ ਕਮਕਾਰਾਂ ਤੋਂ ਜਦੋਂ ਵਿਹਲੇ ਹੋਏ ਨਾ ਸੰਗਤ ਤੇ ਆਖਰ ਇਹ ਭਾਲਤਾਂ ਨਿਕਲਦੀ ਸੀ ਕਿ ਗੁਰੂ ਕਿੱਥੇ ਹਨ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਥਾਪਿਆ ਉਹ ਕਿੱਥੇ ਨੇ ਕਹਿੰਦੇ ਨੇ ਜਿਸ ਵੇਲੇ ਇਹ ਵਿਆਕੁਲਤਾ ਸ਼ੁਰੂ ਹੋਈ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਆਈਆਂ ਬੁੱਢਾ ਸਾਹਿਬ ਜੀ ਨੂੰ ਕਹਿੰਣ ਕਿ ਬੁੱਢਿਆ ਤੇਨੂੰ ਗੁਰੂ ਸਾਹਿਬ ਜੀ ਦਾ ਬਚਨ ਸੀ ਕਿ ਗੁਰੂ ਤੇਰੇ ਤੋਂ ਕਦੀ ਓਲੇ ਨਹੀਂ ਹੋਏਗਾ ਚਲ ਸਾਨੂੰ ਗੁਰੂ ਦੇ ਦੀਦਾਰ ਕਰਾ ਦੇ ਬਾਬਾ ਬੁੱਢਾ ਜੀ ਨੇ ਪੰਜ ਸਿੱਖਾਂ ਨੂੰ ਨਾਲ ਲਿਆ ਖਨੂਰ ਸਾਹਿਬ ਜੀ ਵਿੱਚ ਆ ਗਏ ਆਏ ਮਾਈ ਵਿਰਾਈ ਦੇ ਘਰ ਉਹਨੂੰ ਪੁੱਛਿਆ ਉਹਨਾਂ ਨੂੰ ਹੁਕਮ ਸੀ ਕਿ ਤੂੰ ਦੱਸਣਾ ਕੁਝ ਨਹੀਂ ਕਿਸ ਨੂੰ ਕੋਈ ਅੱਜ ਤੇ ਦੱਸਣਾ ਨਹੀਂ ਹੈ ਬਾਬਾ ਬੁੱਢਾ ਜੀ ਉਹਨਾਂ ਦੀ ਚੁੱਪ ਤੋਂ ਅੰਦਾਜ਼ਾ ਲਾ ਲਿਆ ਕਿ ਗੁਰੂ ਸਾਹਿਬ ਜੀ ਇੱਥੇ ਹੀ ਨੇ ਪਰ ਇਹਨਾਂ ਨੂੰ ਹੁਕਮ ਨਹੀਂ ਹੈ ਦੱਸਣ ਦਾ ਜਿਹੜੇ ਬੋਲਦੇ ਨਹੀਂ ਹੈ ਗੁਰੂ ਸਾਹਿਬ ਜੀ ਇੱਥੇ ਹੀ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਕੋ ਹੀ ਇੱਕ ਤਰੀਕਾ ਵਰਤਿਆ ਕਿ ਬੈਠ ਕੇ ਕੀਰਤਨ ਕਰੋ ਤੁਸੀਂ ਗੁਰਬਾਣੀ ਦਾ ਕੀਰਤਨ ਸ਼ੁਰੂ ਕਰ ਦੋ ਸਿੱਖ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ ਬਸ ਇਹ ਕੀਰਤਨ ਦੀ ਖਿੱਚ ਨੇ ਗੁਰੂ ਸਾਹਿਬ ਜੀ ਨੂੰ ਬਾਹਰ ਲੈ ਆਂਦਾ ਆਪਣੇ ਆਪ ਬਾਹਰ ਆ ਗਏ ਕੀਰਤਨ ਤਾਂ ਗੁਰੂ ਨੂੰ ਵੀ ਖਿੱਚ ਲਿਆਉਂਦਾ ਹੈ ਕੀਰਤਨ ਤੇ ਰੱਬ ਵਿੱਚ ਸਾਨੂੰ ਲੇਵਲਿਨ ਕਰ ਦਿੰਦਾ ਹੈ ਕੀਰਤਨ ਸਾਡੇ ਭਟਕਦੇ ਮਨ ਨੂੰ ਟਿਕਾਉਣ ਲਈ ਬਹੁਤ ਵੱਡਾ ਸਾਧਨ ਹੈ ਤੇ ਸਾਨੂੰ ਸਾਡੇ ਸਤਗੁਰੂ ਜੀ ਨੇ ਕਿਹਾ ਕਿ ਹਰ ਵੇਲੇ ਸਾਨੂੰ ਗੁਰਬਾਣੀ ਕੀਰਤਨ ਦੇ ਨਾਲ ਜੁੜਨਾ ਚਾਹੀਦਾ ਹੈ ਕੀਰਤਨ ਦਾ ਅਰਥ ਹੈ ਕਿ ਸ਼ਬਦ ਨੂੰ ਤੇ ਰਾਗ ਵਿੱਚ ਜਦੋਂ ਗਾਇਆ ਜਾਏ ਰਾਗ ਦਰਥ ਪਿਆਰ ਵੀ ਹੈ ਪਿਆਰ ਨਾਲ ਜਗਾਇਆ ਜਾਏ ਉਹ ਕੀਰਤਨ ਬਣ ਜਾਂਦਾ ਹੈ ਤੇ ਜਿੱਥੇ ਵੀ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਉੱਥੇ ਵੈਕੁੰਠ ਬਣ ਜਾਂਦਾ ਹੈ ਉਹ ਅਸਥਾਨ ਭਾਗਾਂ ਵਾਲਾ ਬਣ ਜਾਂਦਾ ਹੈ ਅਸੀਂ ਜਦੋਂ ਦਰਬਾਰ ਸਭ ਜਾਂਦੇ ਹਾਂ ਹਰ ਵੇਲੇ ਉੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਉਹ ਕੀਰਤਨ ਦਾ ਬਾਣੀ ਦਾ ਪ੍ਰਭਾਵ ਹੈ ਕਿ ਉੱਥੇ ਜਾ ਕੇ ਸਾਡਾ ਭਟਕਦਾ ਮਨ ਵੀ ਜਿਹੜਾ ਨਾ ਅੰਤ ਸ਼ਾਂਤ ਹੋ ਜਾਂਦਾ ਹੈ ਮਨ ਨੂੰ ਇੱਕ ਸੁੱਖ ਮਿਲਦਾ ਹੈ ਆਨੰਦ ਮਿਲਦਾ ਹੈ ਦੁਨੀਆਦਾਰੀ ਭੁੱਲ ਜਾਂਦੀ ਹੈ ਉੱਥੇ ਜਾ ਕੇ ਇਹ ਬੜੀ ਮੁੱਲੀ ਦਾਤ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤੀ ਹੈ ਤੇ ਗੁਰਮਤ ਨੂੰ ਜਾਂ ਇਵੇਂ ਕਹਿ ਲਓ ਕਿ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਪੈਦਾ ਕਰਨ ਦੇ ਲਈ ਜਾਂ ਗੁਰਮਤ ਦੇ ਪ੍ਰਚਾਰ ਦੇ ਲਈ ਸਭ ਤੋਂ ਵੱਡਾ ਸਾਧਨ ਸਾਡੇ ਕੋਲ ਹੈ ਗੁਰਬਾਣੀ ਦਾ ਕੀਰਤਨ ਸਤਿਗੁਰੂ ਜੀ ਨੇ ਹਰ ਗੁਰਸਿੱਖ ਨੂੰ ਕੀਰਤਨ ਕਰਨ ਦੀ ਕੀਰਤਨ ਸੁਣਨ ਦੀ ਪ੍ਰੇਰਣਾ ਕੀਤੀ ਹੈ ਅਸੀਂ ਭਾਗਾਂ ਵਾਲੇ ਆ ਜਿਹੜੇ ਦੋਹੇ ਟਾਈਮ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਚਾਹੀਦਾ ਆਪਾਂ ਵੱਧ ਤੋਂ ਵੱਧ ਗੁਰੂ ਕੀ ਹਜ਼ੂਰੀ ਜੁੜੀਏ ਦੇਖੋ ਕੰਮਕਾਰ ਵੀ ਬੜੇ ਜ਼ਰੂਰੀ ਨੇ ਸਾਨੂੰ ਤੇ ਸਾਡੇ ਸਤਿਗੁਰੂ ਜੀ ਨੇ ਪਾਬੰਦੀ ਕੋਈ ਨਹੀਂ ਲਾਈ ਕਿ ਹਰ ਵੇਲੇ ਤੁਸੀਂ ਬੈਠੇ ਰਹੋ ਗੁਰਦਾਰੇ ਆ ਕੇ ਜਿੰਨਾ ਸਰਲ ਜਾਂ ਸੁਖੈਨ ਮਾਰਗ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਦੇਖੋ ਮੁਸਲਮਾਨ ਵੀਰ ਨੂੰ ਪੰਜ ਵੇਲੇ ਨਮਾਜ਼ ਦੀ ਗੱਲ ਕਹੀ ਹੈ ਕੋਈ ਤਿੰਨ ਵੇਲੇ ਸੰਧਿਆ ਕਰਦੇ ਨੇ ਹੋਰ ਵੀ ਕਹੀ ਨੇ ਲੇਕਿਨ ਸਾਨੂੰ ਤੇ ਸਾਡੇ ਸਤਿਗੁਰੂ ਜੀ ਨੇ ਸਵੇਰੇ ਸ਼ਾਮ satsangat ਦੀ ਦਾਤ ਦਿੱਤੀ ਹੈ ਔਰ ਗੁਰੂ ਦਾ ਕੀਰਤਨ ਹੁੰਦਾ ਹੋਏ ਕਿੰਨੀ ਮਹਾਨ ਗੱਲ ਹੈ ਸਾਨੂੰ ਕੀਰਤਨ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਕੀਰਤਨ ਆਵਿ ਕਰਨਾ ਇਹ ਵੱਡੀ ਗੱਲ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਜਿਹੜੀ ਹੈ ਉਹਦਾ ਇੱਕ ਇੱਕ ਬਚਨ ਜਿਹੜਾ ਸਦੀ ਜ਼ਿੰਦਗੀ ਦੇ ਅੰਦਰ ਸਾਨੂੰ ਜੀਵਨ ਪ੍ਰਦਾਨ ਕਰਦਾ ਹੈ ਗੁਰੂ ਸਾਹਿਬ ਜੀ ਦਾ ਬਚਨ ਕਿ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਏ ਵਾਹਿਗੁਰੂ ਜੀ ਮੈਨੂੰ ਹਰੀ ਦੇ ਕੀਰਤਨ ਦਾ ਆਹਰ ਦੇ ਦਿਓ ਬਾਬਾ ਜੈ ਕਰ ਕੀਰਤ ਆਖੀਏ ਜਿਸ ਘਰ ਵਿੱਚ ਕੀਰਤਨ ਹੋਏ ਸੋ ਘਰ ਰਾਖ ਵਡਾਈ ਹੋਏ ਉਸ ਘਰ ਵਿੱਚ ਮੇਰੀ ਸੁਰਤ ਵਸੇ ਉਸ ਸਥਾਨ 'ਚ ਮੈਂ ਵਸਾਂ ਜਿੱਥੇ ਤੁਹਾਡੀ ਕੀਰਤੀ ਜਿੱਥੇ ਤੁਹਾਡੀ ਸਿਮਤ ਸਲਾ ਹੁੰਦੀ ਹੋਏ ਆਪ ਜੀ ਨੇ ਗੁਰੂ ਕੀ ਹਜ਼ੂਰੀ 'ਚ ਬੈਠ ਕੇ ਕੀਰਤਨ ਦਾ ਆਨੰਦ ਮਾ ਲਿਆ ਜਿਸ ਕੀਰਤਨ ਦੀ ਵਡਿਆਈ ਕਰਦੇ ਆ ਸਤਗੁਰੂ ਜੀ ਕਹਿੰਦੇ ਨੇ ਕੀਰਤਨ ਨਿਰਮੋਲਕ ਹੀਰਾ ਕੀਰਤਨ ਇੱਕ ਨਿਰਮੋਲਕ ਰਤਨ ਹੈ ਗੁਰੂ ਸਾਹਿਬ ਜੀ ਆਪ ਵਾਹਿਗੁਰੂ ਜੀ ਦਾ ਕੀਰਤਨ ਕਰਨ ਵਾਲੇ ਕੀਰਤਨੀਆਂ ਦੀ ਵਡਿਆਈ ਕਰਨ ਵਾਲੇ ਕੀਰਤਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਏਡਾ ਵੱਡਾ ਮਾਣ ਜਿਹੜਾ ਸੀ ਬਖਸ਼ਿਸ਼ ਕੀਤਾ ਸੀ ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਆ ਨਾ ਬੜੇ ਬੜੇ ਮਹਾਨ ਗੁਰੂ ਕੇ ਪਿਆਰੇ ਕੀਰਤਨੀਆਂ ਦੀਆਂ ਗਥਾਵਾਂ ਹੁੰਦੀਆਂ ਭਾਈ ਹੀਰਾ ਸਿੰਘ ਜੀ ਬੜੇ ਪਿਆਰੇ ਗੁਰੂ ਕੇ ਕੀਰਤਨੀਏ ਹੋਏ ਨੇ ਪੰਥ ਉਹਨਾਂ ਨੂੰ ਬੜੇ ਪਿਆਰ ਨਾਲ ਸੁਣਦਾ ਸੀ ਭਾਈ ਸੁੰਦਰ ਸਿੰਘ ਜੀ ਦਰਬਾਰ ਸਾਹਿਬ ਦੇ ਇੱਕ ਬੜੇ ਪਿਆਰੇ ਕੀਰਤਨੀਏ ਹੋਏ ਰਵਿੰਦਰਨਾਥ ਠਾਗੋਰ ਜੀ ਉਹਨਾਂ ਦੇ ਪਿਤਾ ਨਰਿੰਦਰਨਾਥ ਠਾਗੋਰ ਇਹ ਹਰਸਲ ਦਰਬਾਰ ਸਾਹਿਬ ਆਇਆ ਕਰਦੇ ਸਨ ਕੀਰਤਨ ਸੁਣਿਆ ਕਰਦੇ ਸਨ ਬੈਠ ਕੇ ਉਹਨਾਂ ਨੇ ਸੁਣਨਾ ਸਾਮ ਨੂੰ ਆਰਤੀ ਦਾ ਸ਼ਬਦ ਸੁਣਨਾ ਔਰ ਇੱਕ ਦਿਨ ਦੀ ਗੱਲ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਕਿ ਇੱਕ ਦਿਨ ਮੈਂ ਉਹਨਾਂ ਨੂੰ ਮਿਲਣ ਲਈ ਗਿਆ ਰਵਿੰਦਰਨਾਥ ਟੈਗੋਰ ਜੀ ਨੂੰ ਉਹਨਾਂ ਨੇ ਇੱਕ ਗੱਲ ਕਹੀ ਕਹਿੰਨ ਕਿ ਮੈਂ ਜ਼ਿੰਦਗੀ 'ਚ ਕਦੀ ਚੋਰੀ ਨਹੀਂ ਕੀਤੀ ਪਰ ਮੇਰਾ ਇੱਕ ਜੀ ਕਰਦਾ ਹੈ ਕਿ ਭਾਈ ਸੁੰਦਰ ਸਿੰਘ ਜੀ ਜਿਨ੍ਹਾਂ ਪਿਆਰਾ ਗੁਰਬਾਣੀ ਦਾ ਕੀਰਤਨ ਕਰਦੇ ਜਾਂ ਕੀਰਤਨ ਸੁਣ ਕੇ ਜਿੰਨਾ ਮੈਨੂੰ ਆਨੰਦ ਹੁੰਦਾ ਨਾ ਇਹਨਾਂ ਨੂੰ ਮੈਂ ਤੋ ਚਰਾ ਕੇ ਆਪਣੇ ਨਾਲ ਹੀ ਲੈ ਜਾਵਾਂ ਇਹਨਾਂ ਕੋ ਕੀਰਤਨ ਸੁਣਦੇ ਰਵਾਂ ਕੀਰਤਨ ਜਿਹੜਾ ਵੱਡੇ ਵੱਡੇ ਅਹੰਕਾਰੀ ਮਨਾਂ ਦੇ ਉੱਪਰ ਵੀ ਅਸਰ ਪਾ ਦਿੰਦਾ ਹੈ ਮਨੁੱਖ ਦੀ ਬਿਰਤ ਨੂੰ ਉੱਚੀਆਂ ਉਠਾ ਦਿੰਦਾ ਹੈ ਮਨੁੱਖ ਦੇ اندر ਨਿਰਮਾਣਤਾ ਪਿਆਰ ਪ੍ਰਭੂ ਦੀ ਭਾਉ ਭਗਤੀ ਪੈਦਾ ਕਰਦਾ ਹੈ ਆਪਾਂ ਇਹ ਕਹਿ ਸਕਦੇ ਕਿ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦਾ ਸਭ ਤੋਂ ਜੋ ਉੱਤਮ ਸਾਧਨ ਹੈ ਉਹ ਹੈ ਗੁਰਬਾਣੀ ਦਾ ਕੀਰਤਨ ਜੋ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਪਰ ਨਾਲ ਸਤਿਗੁਰੂ ਜੀ ਨੇ ਅਚੇਚੇ ਤੌਰ ਤੇ ਇਹ ਗੱਲ ਕਹੀ ਹੈ ਕਿ ਕੀਰਤਨ ਆਪਾਂ ਮਨ ਕਰਕੇ ਜੁੜੀਏ ਪ੍ਰਭ ਕੀ ਉਸਤ ਕਰੀ ਕਰੋ ਸੰਤ ਮੀਤ ਸਾਵਧਾਨ ਇਕਾਗਰ ਚਿਤ ਜੇ ਮਨ ਨਹੀਂ ਜੁੜਿਆ ਤੇ ਸਤਿਗੁਰ ਜੀ ਦੇ ਬਚਨ ਕਿ ਕੋਈ ਗਾਵੇ ਰਾਗੀ ਨਾਦੀ ਭੇਦੀ ਬੋਪਾਂਦ ਕਰਨੀ ਹਰ ਹਰ ਪੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਮਟ ਵਿਕਾਰ ਹੈ ਤਿਨਾ ਰੋਏ ਕੀ ਕੀਜੇ ਜੇ ਮਨ ਕਿਸੇ ਹੋਰ ਬੰਨੇ ਮਨ ਚ ਕਬਟ ਹੈ ਤੇ ਕੇਵਲ ਮੁਖ ਤੋਂ ਗਾਇਆ ਹੀ ਕੀਰਤਨ ਨਹੀਂ ਬਣੇਗਾ ਕੀਰਤਨ ਉਦੋਂ ਬਣੇਗਾ ਜਦੋਂ ਮਨ ਪ੍ਰਮਾਤਮਾ ਦੀ ਸਿਮਸਲਾਵ ਜੁੜੇਗਾ ਗੁਰੂ ਕਲਗੀ ਤਰਪਾਦ ਸਾਹਿਬ ਜੀ ਦੇ ਜੀਵਨ ਚ ਇੱਕ ਬੜੀ ਪਿਆਰੇ ਗਾਥਾ ਹੁੰਦੀ ਹੈ ਸਤਗੁਰੂ ਜੀ ਆਨੰਦਪੁਰ ਸਾਹਿਬ ਜੀ ਵੇ ਸਨ ਇਤਿਹਾਸ ਕਹਿੰਦਾ ਕਿ ਗੁਰੂ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਇੱਕ ਵੇਰਾਂ ਕਿ ਜਿੰਨੀ ਸੰਗਤ ਆਉਂਦੀ ਹੈ ਨਾ ਜਿੰਨਾ ਚਿਰ ਅਸੀਂ ਆਗਿਆ ਨਦੀਏ ਤੇ ਕਿਸੇ ਨੇ ਜਾਣਾ ਨਹੀਂ ਐ ਇੱਥੋਂ ਹੁਕਮ ਜਾਰੀ ਹੋ ਗਿਆ ਇੱਕ ਦਿਨ ਦੋ ਦਿਨ ਤਿੰਨ ਦਿਨ ਨਿਕਲੇ ਨਾ ਕੁਝ ਲੋਕ ਬਹੁਤ ਸਿਆਣੇ ਸਮਝਦੇ ਹੁੰਦੇ ਨੇ ਕਈ ਵਾਰੀ ਉਹ ਗੁਰੂ ਕੋਲ ਆ ਕੇ ਵੀ ਆਪਣੀ ਆਪ ਨੂੰ ਸਿਆਣੇ ਸਮਝ ਬੈਠਦੇ ਨੇ ਉਹ ਕਹਿਣ ਲੱਗੇ ਵੀ ਗੁਰੂ ਸਾਹਿਬ ਜੀ ਦੇ ਕੋਲ ਤੇ ਬੜੀਆਂ ਸੰਗਤਾਂ ਆ ਕੇ ਚੜਤ ਚੜਾਵੇ ਚੜਾ ਜਾਂਦੀਆਂ ਨੇ ਤੇ ਸਾਡੇ ਤੇ ਕਾਰੋਬਾਰ ਰੁਕ ਜਾਣੇ ਨੇ ਸਾਡੀਆਂ ਦੁਕਾਨਾਂ ਬੰਦ ਨੇ ਕੋਈ ਕਹਿੰਦਾ ਸਾਡੀਆਂ ਫਸਲਾਂ ਸੁੱਕ ਜਾਣੀਆਂ ਨੇ ਮਾਲ ਡੰਗਰ ਭੁੱਖਾ ਮਰ ਜਾਣਾ ਉਹਨਾਂ ਦੇ ਮਨ 'ਚ ਚਿੰਤਾ ਪੈਦਾ ਹੋ ਗਈ ਤੇ ਇਹੋ ਜੇ ਲੋਕਾਂ ਨੇ ਨਾ ਇੱਕ ਸਕੀਮ ਬਣਾਈ ਕਿ ਚਲੋ ਕਿਸੇ ਤਰੀਕੇ ਨਾਲ ਨਾ ਨਿਕਲ ਜਾਂਦੇ ਆਪਾਂ ਉਹਨਾਂ ਨੇ ਇੱਕ ਬੰਦੇ ਨੂੰ ਮੰंजे ਤੇ ਲੰਮੀਆਂ ਪਾ ਲਿਆ ਤੇ ਇੱਕ ਚਾਰਕ ਜਾਣੀਆਂ ਨੇ ਚੁੱਕ ਲਿਆ ਕੁਝ ਜਾਣੇ ਨਾਲ ਗਾਉਣ ਲੱਗ ਪੇ ਸ਼ਬਦ ਪੜਨ ਲੱਗ ਪੇ ਸੇਵਕੀ ਓੜ ਕਿ ਨਵੇਂ ਹੀ ਪ੍ਰੀਤ ਸੇਵਕੀ ਓੜ ਕਿ ਨਵੇਂ ਹੀ ਪ੍ਰੀਤ ਗੁਰੂ ਸਾਹਿਬ ਜੀ ਦੂਰ ਖੜੇ ਨੇ ਇਹ ਭੀੜ ਜਿਹੜੀ ਹੈ ਜਾਰੀ ਬਾਹਰ ਨੂੰ ਪੁੱਛਦੇ ਕੌਣ ਨੇ ਭਈਏ ਕੰਦੇਜੀ ਕੋ ਪ੍ਰਾਣੀ ਚੜ੍ਹਾਈ ਕਰ ਗਿਆ ਤੇ ਉਹਨਾਂ ਦੇ ਸਾਥੀ ਆਪਣੇ ਪਿੰਡ ਨੂੰ ਲੈ ਕੇ ਜਾ ਰਹੇ ਉਹਨਾਂ ਨੂੰ ਸਤਗੁਰੂ ਜੀ ਹੱਸ ਕੇ ਕਹਿਣ ਲੱਗੇ ਬੜੀ ਕਮਾਲ ਦੀ ਗੱਲ ਐ ਸਾਡੇ ਕੋ ਰਿਆ ਬੰਦਾ ਚੜ੍ਹਾਈ ਕਰ ਗਿਆ ਸਾਨੂੰ ਪਤਾ ਹੀ ਨਹੀਂ ਬਲਾਓ ਇਹੋ ਜੇ ਪਿਆਰੇ ਸਿੱਖ ਦਾ ਤੇ ਆਪਣੇ ਹੱਥੀ ਸੰਸਕਾਰ ਕਰਾਂਗੇ ਜਿਹੜਾ ਇੱਥੇ ਆ ਕੇ ਚੜ੍ਹਾਈ ਕਰ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਿੱਖਾਂ ਨੇ ਰੋਕ ਕੇ ਬੁਲਾ ਲਿਆ ਉਸ ਭੇਡ ਨੂੰ ਜਿਸ ਵੇਲੇ ਨੇੜੇ ਆਏ ਉਹ ਜਿਹੜੇ ਸ਼ਬਦ ਪੜਦੇ ਉਹਨੇ ਪੂਰੇ ਤਾਨ ਨਾਲ ਜੋਰ ਲਾ ਲਾ ਕੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਗੁਰੂ ਸਾਹਿਬ ਜੀ ਤੇ ਜਾਣੀ ਜਾਣ ਸਮਝਦੇ ਸਨ ਇਹਨਾਂ ਦੀ ਇਸ ਨੀਤੀ ਨੂੰ ਤੇ ਨਾਲ ਹੀ ਰੋਣ ਵਾਲੇ ਵੀ ਰੋਈ ਚਲੇ ਜਾਂਦੇ ਨੇ ਆਖਰ ਜਦੋਂ ਸਤਗੁਰੂ ਜੀ ਨੇ ਸਾਰੀ ਤਿਆਰੀ ਕਰਾ ਲਈ ਨਾ ਤੇ ਉਹ ਜਿਹੜਾ ਬਣੌਟੀ ਮੰਜੇ ਤੇ ਪਿਆ ਹੋਇਆ ਸੀ ਨਾ ਉਹਨੇ ਦੇਖਿਆ ਹੁਣ ਬਚਾਅ ਕੋਈ ਨਹੀਂ ਉੱਠ ਕੇ ਭੱਜ ਗਿਆ ਤੇ ਜਿਹੜੇ ਨਾਲ ਖੜੇ ਸਿੱਖ ਸਨ ਗਾਉਣ ਵਾਲੇ ਤੇ ਚੁੱਪ ਕਰ ਗਏ ਉਸ ਵੇਲੇ ਰੋਣ ਵਾਲੇ ਬੜੇ ਸ਼ਰਮਿੰਦੇ ਹੋਏ ਸਿੱਖਾਂ ਨੇ ਇੱਕ ਸਵਾਲ ਕੀਤਾ ਮਹਾਰਾਜ ਇਹ ਸ਼ਬਦ ਬੜੇ ਪਿਆਰ ਨਾਲ ਗਾਰੇ ਸੀ ਬੜੇ ਜੋਰ-ਜ਼ੋਰ ਦੀ ਗਾਰੇ ਸੀ ਕਿ ਇਹ ਵੀ ਮੁਕਤ ਹੋ ਜਾਣਗੇ ਤੇ ਸਤਗੁਰੂ ਜੀ ਨੇ ਇੱਕ ਗੱਲ ਕਹੀ ਕਿ ਜੇ ਕੇਵਲ ਗਾਉਣ ਦੀ ਗੱਲ ਹੋਏ ਤੇ ਕੋਇਲ ਦਾ ਘੜਾ ਬਾਲਾ ਸੁਣਾ ਕੋਇਲ ਵੀ ਮੁਕਤ ਹੋ ਜਾਏਗੀ ਕੋਈ ਹੋਰ ਪੰਛੀ ਜਿਹੜੇ ਨੇ ਬੜਾ ਮਿੱਠਾ ਬੋਲਦੇ ਨੇ ਕਿ ਮੁਕਤ ਹੋ ਜਾਏਗੀ ਸਤਗੁਰੂ ਜੀ ਕਹਿੰਗੇ ਪ੍ਰੀਤ ਤੇ ਪ੍ਰਤੀਤ ਤੋਂ ਬਿਨਾ ਭਾਵੇਂ ਕੋ ਗਾਈ ਜਾਏ ਤੇ ਭਾਵੇਂ ਕੋ ਰੋਈ ਜਾਏ ਗੱਲ ਨਹੀਂ ਬਣਨੀ ਮਨ ਚ ਪ੍ਰੀਤ ਵੀ ਹੋਣੀ ਚਾਹੀਦੀ ਐ ਮਨ ਚ ਪ੍ਰਤੀਤ ਵੀ ਹੋਣੀ ਚਾਹੀਦੀ ਜਿੱਥੇ ਗਾਉਣ ਵਾਲਾ ਪ੍ਰੀਤ ਤੇ ਪ੍ਰਤੀਤ ਨਾਲ ਗਾਏ ਸੁਣ ਵਾਲਾ ਪ੍ਰੀਤ ਤੇ ਪ੍ਰਤੀਤ ਨਾਲ ਸੁਣੇ ਫਿਰ ਤਾਹ ਬੈਕੁੰਠ ਜਹ ਕੀਰਤਨ ਤੇਰਾ ਉਥੇ ਹੀ ਬੈਕੁੰਠ ਬਣ ਜਾਂਦਾ ਹੈ ਉਹੀ ਅਸਥਾਨ ਰੱਬ ਦਾ ਅਸਥਾਨ ਬਣ ਜਾਂਦਾ ਹੈ ਅਸੀਂ ਬਹੁਤ ਭਾਗਾਂ ਵਾਲੇ ਆ ਜੋ ਸਾਨੂੰ ਇੰਨੇ ਸੋਹਣੇ ਸਿਹੜੂ ਗੁਰੂ ਘਰ ਮਿਲੇ ਨੇ ਜਿੱਥੇ ਇੰਨੇ ਨੇ ਸੋਹਣੇ ਗੁਰੂ ਕੇ ਕੀਰਤਨੇ ਆ ਕੇ ਗੁਰਬਾਣੀ ਕੀਰਤਨ ਦੇ ਨਾਲ ਸਾਨੂੰ ਜੋੜਦੇ ਨੇ ਇਸ ਕਰਕੇ ਭਾਈ ਗੁਰਦਾਸ ਜੀ ਦਾ ਇਹ ਬਚਨ ਚਿੱਤੇ ਰੱਖਿਆ ਕਰੀਏ ਕਿ ਕਤ ਪੁਨ ਮਾਨਸ ਜਨਮ ਕਤ ਸਾਧ ਸੰਗ ਨਿਸ ਦਿਨ ਕੀਰਤਨ ਸਮੇ ਚਲ ਆਈਏ ਕਿੰਨਾ ਚਿਰ ਜ਼ਿੰਦਗੀ ਹੈ ਕੋਈ ਪਤਾ ਨਹੀਂ ਹੈ। ਔਰ ਕਿੰਨਾ ਚਿਰ ਸਤ ਸੰਗਤ ਵਿੱਚ ਆਉਣ ਦਾ ਮੌਕਾ ਮਿਲਣਾ ਹੈ ਜਾਂ ਕੀਰਤਨ ਸੁਣਨ ਦਾ ਮੌਕਾ ਮਿਲਣਾ ਇਹ ਵੀ ਕੋਈ ਪਤਾ ਨਹੀਂ ਹੈ। ਜਿੰਨਾ ਚਿਰ ਵੀ ਵਾਹਿਗੁਰੂ ਜੀ ਨੇ ਸਾਨੂੰ ਸਵਾਗਤ ਦਿੱਤਾ ਹੈ ਅਸੀਂ ਕੀਰਤਨ ਵੇਲੇ ਜ਼ਰੂਰ ਸਤ ਸੰਗਤ ਵਿੱਚ ਆਇਆ ਕਰੀਏ ਕਿਉਂਕਿ ਕੀਰਤਨ ਨਿਰਮੋਲਕ ਹੀਰਾ ਹੈ। ਕੀਰਤਨ ਦੀ ਵਡਿਆਈ ਗੁਰਬਾਣੀ ਸਤਗੁਰੂ ਜੀ ਨੇ ਕੀਤੀ ਹੈ। ਨਾਲ ਸਾਨੂੰ ਪ੍ਰੇਰਣਾ ਵੀ ਕੀਤੀ ਹੈ। ਕਿ ਜਿਹੜਾ ਜੋ ਜਨ ਸੁਣੇ ਲਾਏ ਹਰ ਕੀਰਤਨ ਜਿਹੜਾ ਪ੍ਰਮਾਤਮਾ ਦੀ ਕੀਰਤੀ ਸੁਣਦਾ ਹੈ ਕਰਦਾ ਹੈ ਨਾ ਉਹ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਸਤਗੁਰੂ ਜੀ ਮੇਰ ਕਰਨ ਸਾਡਾ ਬਾਣੀ ਨਾਲ ਸੰਗਤ ਨਾਲ ਕੀਰਤਨ ਨਾਲ ਪਿਆਰ ਬਣੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਲ ਚੁੱਕ ਦੀ ਖਿਮਾ ਬਖਸ਼ ਦੇਣੀ ਜੀ ਮਾਨਯੋਗ ਭਾਈ ਸੇਪਾਈ ਦਵਿੰਦਰ ਸਿੰਘ ਜੀ ਗੁਰੂ ਕੇ ਪਿਆਰੇ ਕੀਰਤਨੀਏ ਆਪ ਜੀ ਦੀ ਸੇਵਾ ਚ ਹਾਜ਼ਰ ਹੋ ਚੁੱਕੇ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਰਹੀਂ ਉਹ ਨਿਹਾਲ ਕਰਨਗੇ ਆਪ ਜੀ ਆਨੰਦ ਮਾਣੋ ਜੀ ਪਿਆਰ ਸਹਿਤ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ